ਸਾਨੂੰ ਤਾਂ ਪੜੋਸੀ ਨੇ ਫੋਨ ਕਰਿਆ ਜੀ ਵੀ ਤੁਹਾਡੇ ਮੁੰਡੇ ਦਾ ਕਤਲ ਹੋ ਗਿਆ ਜੀ। ਮੌਤ ਤਾਂ ਉਸ ਕੀ ਪਤਾ ਨਹੀਂ, ਮੌਕੇ 'ਤੇ ਹੀ ਹੋ ਗਈ ਸੀਗੀ ਜੀ। ਕੋਈ ਗੱਲਬਾਤ ਦਾ ਪਤਾ ਲੱਗੇ ਵੀ ਕਿਸ ਗੱਲੋਂ ਉਹਨਾਂ ਨੇ ਇੰਨੀ ਦਰਿੰਦਗੀ ਨਾਲ ਕਤਲ ਕੀਤਾ? ਦੇਖੋ ਜਿਹੜਾ ਉਹਦੇ ਅੱਖ ਦੇ ਆਰ ਪਾਰ ਕਰਤਾ, ਦਮਨ ਦੇ ਛਾਤੀ, ਉਹਨਾਂ ਨੇ ਬਿਲਕੁਲ ਮਤਲਬ ਦਰਿੰਦਿਆਂ ਵਾਂਗੂ ਉਹਨਾਂ ਨੇ ਕਤਲ ਕੀਤਾ ਵੀ ਐਡੀ ਕਿੱਡੀ ਕੀ ਗੱਲ ਹੋ ਗਈ ਜੀ। ਉਹ ਦੋ ਜਵਾਕ ਦੇ ਉਹਨੇ ਪਿੱਛਾ ਹੋਇਆ ਜੀ। ਕੀ ਗੱਲ ਕੀ ਹੋਈ ਸੀ? ਉਹ ਤਾਂ ਕੋਈ ਆਪਣਾ ਦੋ ਜਵਾਕ ਖੇਡਦੇ ਸਾਈਕਲ ਲੈ ਗਈ ਅਤੇ ਉਹ ਦੂਆ ਆਇਆ ਜੀ ਬੰਦਾ ਮੋਟਰਸਾਈਕਲ ਲੈ ਗਈ, ਉਹਦੀ ਦਰ ਪੀਤੀ ਦੀ ਅਤੇ ਮਤਲਬ ਟੱਚ ਹੋ ਗਿਆ ਕੋਈ ਗੱਲ ਤਾਂ ਕਹਿੰਦੇ ਸੀਗੇ ਵੀ ਮੁੰਡਾ ਇੱਕ ਮਤਲਬ ਸਾਈਕਲ ਵਾਲਾ ਸੀਗਾ, ਉਹਦੇ ਡੈਡੀ ਦਾ ਨਾਮ ਵੀ ਪਤਾ ਮੈਨੂੰ ਵੀ ਜਿਨ੍ਹਾਂ ਦਾ ਮੁੰਡਾ ਸੀਗਾ ਜਿਹਦੇ ਪਿੱਛੇ ਗੱਲਬਾਤ ਹੋਈ ਹੈ। ਅਤੇ ਉਹ ਤਾਂ ਫਿਰ ਬੱਚੇ ਨੇ ਕਹਿਤਾ ਵੀ ਤੁਸੀਂ ਨਾ ਇਹਨੂੰ ਲੜੋ ਲੜੋ ਤੁਸੀਂ ਇਹਦੇ ਨਾਲ, ਇੱਥੇ ਡੈਥ ਹੋਈ ਹੈ, ਗਾਲੀ ਗਲੋਚ ਨਾ ਕਰੋ। ਬਸ ਇਸ ਕਾਰਨ ਜੀ ਉਹਨਾਂ ਨੇ ਮੁੰਡੇ ਨੂੰ ਕਹਿੰਦੇ 5 ਮਿੰਟ ਇੱਥੇ ਖੜੀ। ਫਿਰ ਇੰਨੀ ਦੇਰ ਮੈਂ ਪਤਾ ਨਹੀਂ ਉਹਨਾਂ ਕੇ ਪਾਸੇ ਆ ਤਿਆਰ 'ਤੇ ਜੀ ਕਿਆ ਹੋਇਆ ਕਿਆ ਨਹੀਂ, ਪਰ ਇੰਨੇ 'ਚ ਇਹਨਾਂ ਨੂੰ ਵੀ ਕੁੜੀ ਨੂੰ ਕਹਿ ਕੇ ਗਿਆ ਘਰ ਵੀ ਪੁੱਤ ਮੈਂ ਆਇਆ ਘੁੰਮ ਕੇ, ਕੁਰਕਰੇ ਵਗੈਰਾ ਖਿਲਾ ਕੇ ਗਿਆ। ਜਦੋਂ ਆਰੋਪੀਆਂ ਨਾਲ ਅਸੀਂ CI ਸਟਾਫ ਦੇ ਵਿੱਚ ਗੱਲ ਕੀਤੀ ਕਿ ਸਾਡੇ ਬੱਚੇ ਦਾ ਇੱਕ ਵਾਰ ਕਸੂਰ ਦੱਸੋ ਕਿ ਕੀ ਕਸੂਰ ਸੀਗਾ, ਅਤੇ ਉਹ ਕਹਿੰਦੇ ਕੋਈ ਕਸੂਰ ਨਹੀਂ ਸੀਗਾ, ਠੀਕ ਹੈ ਕਿ ਮਾੜੀ ਸਾਈਕਲ ਪਿੱਛੇ ਗੱਲ ਹੋਈ ਆ। ਜੇਕਰ ਮਾੜੀ ਜਿਹੀ ਸਾਈਕਲ ਪਿੱਛੇ ਗੱਲ ਹੋਈ ਆ ਅਤੇ ਜਦੋਂ ਆਪਾਂ ਘਰ 'ਤੇ ਜਾਂਦੇ ਹਾਂ ਕਿ ਸਾਈਕਲ ਪਿੱਛੇ ਗੱਲ ਹੋ ਰਹੀ ਆ, ਇੱਕਦਮ ਉਹਨਾਂ ਕੋਲ ਹਥਿਆਰ ਕਿੱਥੋਂ ਆਏ? ਸਡਨਲੀ ਜੋ ਗੱਲ ਸਾਰੀ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਆ ਕਿ ਸਾਈਕਲ ਜਦੋਂ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਕਿ ਉਹ ਮੁੰਡੇ ਦੇ ਜਿਹੜਾ ਤੀਜਾ ਬੱਚਾ ਉਹ 'ਤੇ ਥੱਪੜ ਮਾਰਦਾ ਅਤੇ ਸਾਡੇ ਵਾਲਾ ਬੱਚਾ ਹਟਾਉਂਦਾ ਉਹਨੂੰ ਵੀ ਇੱਥੇ ਨਾ ਲੜੋ, ਵੀ ਕਾਹਤੋਂ ਲੜ ਰਹੇ, ਰੋਣ ਵਾਲਾ ਨਾ ਪਾਓ, ਇੱਥੇ ਮੌਤ ਹੋਈ ਵੀ ਆ। ਕਿ ਇੱਕਦਮ ਉਹ ਮੁੰਡਾ ਇੰਨੀ ਗੱਲ ਕਹਿਣ 'ਤੇ ਹਥਿਆਰ ਕਿ ਕਾਹਦੇ ਵਾਸਤੇ ਲੈ ਕੇ ਆਏ ਸੀਗੇ ਉਹ? ਕਿ ਉਹਨਾਂ ਦੀ ਪਹਿਲਾਂ ਕੋਈ ਗੱਲਬਾਤ ਸੀ? ਇਹੀ ਕਾਰਨ ਹੀ ਸਾਨੂੰ ਪਤਾ ਲੱਗ ਰਿਹਾ। ਜੇਕਰ ਸਾਡੇ ਬੱਚੇ ਨੂੰ ਲੜਾਈ ਕਰਨੀ ਹੁੰਦੀ ਤਾਂ ਸਾਡੇ ਬੱਚੇ ਦੇ ਹੱਥ ਦੇ ਵਿੱਚ ਹਥਿਆਰ ਹੁੰਦਾ। ਛੋਟੀ ਜਿਹੀ ਗੱਲ ਪਿੱਛੇ ਇੰਨੀ ਵੱਡੀ ਗੱਲ ਨਹੀਂ ਹੋ ਸਕਦੀ, ਇੰਨਾ ਵੱਡਾ ਕਾਤਲ ਨਹੀਂ ਹੋ ਸਕਦਾ ਕਿ ਪਾਰਕਿੰਗ ਨੂੰ ਲੈ ਕੇ ਗੱਲ ਹੋਈ ਹੈ। ਕਿ ਜੇਕਰ ਹਮਲਾ ਕਰਨਾ ਸੀ ਉਹ ਤੀਜੇ ਬੱਚੇ 'ਤੇ ਕਿਉਂ ਨਹੀਂ ਕੀਤਾ? ਕਿ ਸਾਡੇ ਵਾਲੇ ਬੱਚਿਆਂ 'ਤੇ ਹੀ ਕਿਉਂ ਕੀਤਾ? ਜਿਹਦੇ ਨਾਲ ਥੱਪੜ ਮਾਰਿਆ ਸੀ ਵੀਡੀਓ ਦੇ ਵਿੱਚ ਕਲੀਅਰ ਨਜ਼ਰ ਆ, ਜਿਹਦੇ ਥੱਪੜ ਮਾਰਿਆ, ਫਿਰ ਜੇ ਉਹ ਹਮਲਾ ਹੀ ਕਰਨਾ ਸੀ ਉਹਦੇ 'ਤੇ, ਤਾਂ ਉਹਦੇ 'ਤੇ ਹਥਿਆਰ ਕਿਉਂ ਨਹੀਂ ਚੱਕਿਆ ਗਿਆ? ਮੇਨ ਗੱਲ ਸਾਡੇ ਬੱਚੇ ਦਾ ਫੋਨ ਦੱਸੂਗਾ, ਸਾਡੇ ਬੱਚੇ ਦਾ ਫੋਨ ਦੱਸੂਗਾ, ਜਦਕਿ ਉਹ ਹਜੇ ਤੱਕ ਸਾਡੇ ਬੱਚੇ ਦਾ ਫੋਨ ਨਹੀਂ ਮਿਲਿਆ। ਇਹਨਾਂ ਦੀ 2 ਬੱਚੀਆਂ ਨੇ, ਇੱਕ ਬੱਚੀ ਵਿਆਹਣ ਵਾਲੀ ਆ, ਉਹਦੀ ਅੰਗੇਜਮੈਂਟ ਕੀਤੀ ਹਜੇ, ਅਤੇ ਛੋਟੀ ਬੱਚੀ ਹਜੇ ਪੜ੍ਹਦੀ ਪਈ ਆ। ਇਹ ਕਿੱਥੋਂ ਪੜ੍ਹਾਉਣਗੇ ਅਤੇ ਕਿੱਥੋਂ ਕਮਾ ਕੇ ਲਿਆਉਣਗੇ? ਅਤੇ ਘਰ ਦੀ ਹਾਲਤ ਵੀ ਦੇਖੋ, ਪ੍ਰਵਾਸੀਆਂ ਵੱਲੋਂ ਦਹਿਸ਼ਤ ਦਾ ਮਾਹੌਲ ਹੀ ਆ ਜੀ। ਪਹਿਲਾਂ ਵੀ ਕਾਂਡ ਹੋ ਚੁੱਕੇ ਨੇ, ਕੋਈ ਇਨਸਾਫ ਨਹੀਂ ਮਿਲਿਆ, ਤਾਂ ਹੀ ਸਾਨੂੰ ਧਰਨਾ ਲਾਉਣਾ ਪਿਆ ਜੀ। ਨਾ ਕੋਈ ਆਰੋਪੀ ਅਰੈਸਟ ਹੋਏ, ਪਹਿਲਾਂ ਕਾਂਡ ਕਰ ਚੁੱਕੇ ਸੀਗੇ। ਤੇਰ੍ਹਾਂ ਤਰੀਕ ਦੇਰ ਸ਼ਾਮ ਨੂੰ ਕੁੰਬੜੇ ਦੇ ਵਿੱਚ ਕਤਲ ਹੋਏ ਦਮਨਪ੍ਰੀਤ ਦੇ, ਅਸੀਂ ਕਸਟਮ ਘਰ ਪਹੁੰਚੇ ਹਾਂ ਅਤੇ ਘਰ ਦੇ ਹਾਲਾਤ ਤੁਹਾਨੂੰ ਦਿਖਾਉਣੇ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ, ਔਰ ਪਰਿਵਾਰ ਨਾਲ ਗੱਲਬਾਤ ਵੀ ਕਰਾਵਾਂਗੇ। ਅਤੇ ਦਮਨਪ੍ਰੀਤ ਦਾ ਕੱਲ੍ਹ ਸੰਸਕਾਰ ਕਰ ਦਿੱਤਾ ਗਿਆ ਸੀ ਅਤੇ ਉਸਦੇ ਅੱਜ ਜਿਹੜੇ ਪਰਿਵਾਰ ਵੱਲੋਂ ਫੁੱਲ ਚੁੱਗ ਲਏ ਗਏ ਨੇ, ਅਤੇ ਘਰ ਦੇ ਤੁਸੀਂ ਹਾਲਾਤ ਜਾਇਜ਼ਾ ਲੈ ਸਕਦੇ ਹੋ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਦਮਨਪ੍ਰੀਤ ਦੇ ਘਰ ਦੇ। ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਾਲਾਤ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਾ ਵੀ ਕਿਵੇਂ ਗਰੀਬੀ ਦੇ ਵਿੱਚ ਇਹ ਪਰਿਵਾਰ ਪਾਲਿਆ ਜਾ ਰਿਹਾ ਸੀਗਾ। ਦਮਨਪ੍ਰੀਤ ਜਿਹੜਾ ਕਿ ਛੋਟਾ ਜਿਹਾ ਬੱਚਾ ਸੀਗਾ, ਸਿਰਫ ਉਮਰ 16 ਸਾਲ ਦੇ ਵਿੱਚ, ਜਿਹਨੇ ਕਿ ਮਾਂ ਬਾਪ ਨੂੰ ਆਸਰਾ ਸਹਾਰਾ ਵੀ ਸੀਗਾ ਵੀ ਇਹਨਾਂ ਦਾ ਜਿਹੜਾ ਦਮਨ ਹੈ ਜਿਹੜਾ ਉਹ ਕਰਦਾ ਗੁਜ਼ਾਰਾ ਕਰੂਗਾ, ਅੱਗੋਂ ਨੌਕਰੀ ਕਰੂਗਾ। ਉਹਦੇ ਫਾਦਰ ਵੀ ਸਾਡੇ ਨਾਲ, ਉਹਨਾਂ ਨਾਲ ਵੀ ਗੱਲਬਾਤ ਕਰਾਉਣੀ ਹੈ ਤੁਹਾਡੀ। ਕੀ ਜਿੱਦਾਂ ਤੁਹਾਨੂੰ ਜਿਸ ਤਰ੍ਹਾਂ ਕਤਲ ਹੋਇਆ ਤੁਹਾਨੂੰ ਪਤਾ ਕਿਵੇਂ ਲੱਗਿਆ? ਸਾਨੂੰ ਤਾਂ ਪੜੋਸੀ ਨੇ ਫੋਨ ਕਰਿਆ ਜੀ ਵੀ ਤੁਹਾਡੇ ਮੁੰਡੇ ਦਾ ਕਤਲ ਹੋ ਗਿਆ ਜੀ। ਕਤਲ ਹੋ ਗਿਆ?
ਹਾਂ ਜੀ। ਫਿਰ ਮੌਕੇ ਤੁਸੀਂ ਗਏ ਸੀ, ਮੌਕੇ ਜਾ ਕੇ ਕੀ ਦੇਖਿਆ ਤੁਸੀਂ? ਅਸੀਂ ਮੌਕੇ ਪਰ ਗਏ ਨਹੀਂ, ਅਸੀਂ ਤਾਂ ਸਿੱਧੇ ਹਸਪਤਾਲ ਗਏ ਜੀ ਹਸਪਤਾਲ। ਹਾਂ ਜੀ। ਅਤੇ ਉਦੋਂ ਉਹਦੀ ਮੌਤ ਹੋ ਚੁੱਕੀ ਸੀ ਜਾਂ ਕੋਈ ਗੱਲਬਾਤ ਕਰ ਰਹੇ ਸੀ? ਨਹੀਂ, ਮੌਤ ਹੋ ਚੁੱਕੀ ਸੀ। ਮੌਤ ਹੋ ਚੁੱਕੀ? ਹਾਂ ਜੀ। ਕੋਈ ਗੱਲਬਾਤ ਦਾ ਪਤਾ ਲੱਗੇ ਵੀ ਕਿਸ ਗੱਲੋਂ ਉਹਨਾਂ ਨੇ ਇੰਨੀ ਦਰਿੰਦਗੀ ਨਾਲ ਕਤਲ ਕੀਤਾ? ਦੇਖੋ ਜਿਹੜਾ ਉਹਦੇ ਅੱਖ ਦੇ ਆਰ ਪਾਰ ਕਰਤਾ, ਦਮਨ ਦੇ ਛਾਤੀ, ਉਹਨਾਂ ਨੇ ਬਿਲਕੁਲ ਮਤਲਬ ਦਰਿੰਦਿਆਂ ਵਾਂਗੂ ਉਹਨਾਂ ਨੇ ਕਤਲ ਕੀਤਾ, ਵੀ ਐਡੀ ਕਿੱਡੀ ਕੀ ਗੱਲ ਹੋ ਗਈ? ਉਹ ਦੋ ਜਵਾਕ ਦੇ ਉਹਨੇ ਪਿੱਛਾ ਹੋਇਆ ਜੀ। ਕੀ ਗੱਲ ਕੀ ਹੋਈ ਸੀ? ਉਹ ਤਾਂ ਕੋਈ ਆਪਣਾ ਦੋ ਜਵਾਕ ਖੇਡਦੇ ਸਾਈਕਲ ਲੈ ਗਏ, ਅਤੇ ਉਹ ਦੂਆ ਆਇਆ ਜੀ ਬੰਦਾ ਮੋਟਰਸਾਈਕਲ ਲੈ ਗਈ, ਉਹਦੀ ਦਰ ਪੀਤੀ ਦੀਦੀ, ਅਤੇ ਮਤਲਬ ਉਹ ਟੱਚ ਹੋ ਗਿਆ ਹੋਗਾ ਜੀ। ਉਹਦੇ ਬਾਅਦ ਉਹਨਾਂ ਨੇ ਜੀ ਉੱਥੇ ਲੰਘ ਗਏ ਜੀ ਲਗੇ। ਅਤੇ ਹੁਣ ਤੁਸੀਂ 3 ਦਿਨ ਉੱਥੇ ਧਰਨਾ ਵੀ ਲਾਇਆ ਰਿਹਾ, ਕਿਹਾ ਕਿ ਪ੍ਰਸ਼ਾਸਨ ਤੋਂ ਤੁਸੀਂ ਧਰਨਾ ਲਾਉਣ ਦੀ ਨੌਬਤ ਕਿਉਂ ਆਈ? ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਸੀ ਵੀ ਇਹਨਾਂ ਨੇ ਕੋਈ ਕਾਤਲ ਕਈ ਦਿਨ ਹੋ ਗਏ ਜੀ ਫੜੇ ਨੂੰ? ਸਾਡੇ ਭਰਾ ਨੂੰ ਪਤਾ ਜੀ ਜਿਹੜਾ ਦੂਆ ਦੇ। ਉਹਨਾਂ ਦੇ ਜਿਹੜੇ ਮਾਤਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਉਣੀ ਹੈ ਉਹਨਾਂ ਨਾਲ। ਕੀ ਨਾਮ ਕੀ ਤੁਹਾਡਾ ਜੀ? ਦਰਿੰਦਗੀ ਨਾਲ ਹੀ ਕਤਲ ਕੀਤਾ ਗਿਆ, ਦੇਖਿਆ ਕੋਈ ਬਿਲਕੁਲ ਛਾਤੀ, ਜਿਹੜਾ ਉਹਦਾ ਦੋਸਤ ਹੈ ਦਿਲਪ੍ਰੀਤ, ਉਹਦੇ ਵੀ ਅੱਖ ਦੇ ਵਿੱਚ ਮਾਰਿਆ ਗਿਆ। ਪਤਾ ਕਿਵੇਂ ਲੱਗਿਆ ਤੁਹਾਨੂੰ? ਪਤਾ ਤਾਂ ਸਰ ਮੇਰੀ ਬੇਟੀ ਨੇ ਕਰਿਆ ਸੀਗਾ ਮੈਨੂੰ ਫੋਨ, ਮੈਂ ਤਾਂ ਕੰਮ ਤੇ ਗਈ ਹੋਈ ਸੀਗੀ। ਮੇਰੀ ਬੇਟੀ ਕਹਿੰਦੀ ਮੰਮਾ ਵੀ ਦਮਨ ਦਾ ਬਹੁਤ ਖੂਨ ਨਿਕਲ ਗਿਆ। ਬਸ ਇੰਨੀ ਜੀ ਗੱਲ ਹੋਈ, ਇੰਨੇ ਨੂੰ ਮੈਂ ਕੱਟ ਕੇ ਫੋਨ ਉੱਥੇ ਤੇ ਕਿਹਾ ਜੀ ਉਹਨਾਂ ਨੂੰ ਕੋਠੀ ਵਾਲਿਆਂ ਨੂੰ ਮੈਨੂੰ ਛੱਡਿਆ, ਉਹ ਮੇਰੇ ਬੇਟੇ ਦਾ ਬਹੁਤ ਜ਼ਿਆਦਾ ਖੂਨ ਨਿਕਲ ਗਿਆ, ਵੀ ਮੈਨੂੰ ਐਂ ਨਹੀਂ ਪਤਾ ਵੀ ਕਿਆ ਗੱਲ ਹੋਈ ਕਿਆ ਨਹੀਂ, ਵੀ ਅਮਨ ਮੇਰੀ ਬੋਲਦੀ ਹੈ ਵੀ ਖੂਨ ਨਿਕਲ ਹੀ ਜਾਂਦਾ ਮੁੰਡੇ ਦਾ ਬਹੁਤ ਜ਼ਿਆਦਾ, ਵੀ ਮੈਨੂੰ ਪਤਾ ਨਹੀਂ ਜੀ ਐਨੇ ਮੈਂ ਮੈਨੇ ਫੋਨ ਕੱਟ ਦਿਆ ਤਾ ਵੀ ਮੈਨੂੰ ਛੱਡਿਆ। ਉਹਨਾਂ ਦੀ ਗੱਡੀ ਬਾਹਰ ਹੀ ਖੜ੍ਹੀ ਸੀਗੀ, ਮੈਨੂੰ ਬਿਠਾ ਕੇ ਲਿਆਏ ਜੀ। ਪਹਿਲਾਂ ਮੈਂ ਬੰਦਿਆਂ ਨੂੰ ਦੇਖ ਕੇ ਉੱਥੇ ਪਿੱਛੇ ਹੀ ਉਤਰ ਗਈ ਜੀ ਦੁਕਾਨਾਂ 'ਤੇ ਬਾਹਰ ਰੋਡ 'ਤੇ, ਇਕੱਠ ਦੇਖ ਕੇ ਵੀ ਮੇਰਾ ਬੱਚਾ ਕਿੱਥੇ ਹੈ, ਮੇਰਾ ਬੱਚਾ ਕਿੱਥੇ ਹੈ, ਕੀ ਹੋਇਆ? ਜੀ ਮੌਤ ਮੌਕੇ 'ਤੇ ਹੀ ਹੋ ਗਈ ਸੀ ਜਾਂ ਹਸਪਤਾਲ ਲਿਜਾਂਦਿਆਂ ਉਹਨੂੰ ਮੌਤ ਹੋਈ ਹੈ? ਮੌਤ ਤਾਂ ਉਸ ਕੀ ਪਤਾ ਨਹੀਂ, ਮੌਕੇ 'ਤੇ ਹੀ ਹੋ ਗਈ ਸੀਗੀ ਜੀ। ਕੀ ਗੱਲ ਕੀ ਹੋਈ ਸੀ? ਪਤਾ ਵੀ ਇੰਨੀ ਵੱਡੀ ਦਰਿੰਦਗੀ ਨਾਲ ਮਾਰਨਾ, ਕਤਲ ਕਰਨਾ ਕਿਸੇ ਨੂੰ, ਅਤੇ ਕੋਈ ਗੱਲਬਾਤ ਪਤਾ ਲੱਗੇ ਕਿਸ ਕੋਲੋਂ ਇੰਨੀ? ਹਾਂਜੀ, ਗੱਲ ਤਾਂ ਕੋਈ ਨਹੀਂ ਹੋਈ ਤੀ ਜੀ, ਗੱਲ ਤਾਂ ਕਹਿੰਦੇ ਸੀਗੇ ਵੀ ਮੁੰਡਾ ਇੱਕ ਮਤਲਬ ਸਾਈਕਲ ਵਾਲਾ ਸੀਗਾ, ਉਹਦੇ ਡੈਡੀ ਦਾ ਨਾਮ ਵੀ ਪਤਾ ਮੈਨੂੰ, ਵੀ ਜਿਨ੍ਹਾਂ ਦਾ ਮੁੰਡਾ ਸੀਗਾ ਜਿਹਦੇ ਵਿੱਚ ਗੱਲਬਾਤ ਹੋਈ ਹੈ। ਅਤੇ ਉਹ ਤਾਂ ਮੇਰੇ ਬੱਚੇ ਨੇ ਕਹਿਤਾ ਵੀ ਤੁਸੀਂ ਨਾ ਇਹਨੂੰ ਲੜੋ ਲੜੋ, ਤੁਸੀਂ ਇਹਦੇ ਨਾਲ ਇੱਥੇ ਡੈਥ ਹੋਈ ਹੈ, ਗਾਲੀ ਗਲੋਚ ਨਾ ਕਰੋ। ਬਸ ਇਸ ਕਾਰਨ ਜੀ ਉਹਨਾਂ ਨੇ ਮੁੰਡੇ ਨੂੰ ਕਹਿੰਦੇ 5 ਮਿੰਟ ਇੱਥੇ ਖੜ੍ਹੀ, ਫਿਰ ਪਤਾ ਨਹੀਂ ਕੁਛ ਇੱਦਾਂ ਕੁਛ ਹੋਇਆ ਜੀ। ਪਰ ਮੁੰਡਾ ਤਾਂ ਮੇਰਾ ਖੜਿਆ, ਪਤਾ ਨਹੀਂ ਨਹੀਂ ਖੜਿਆ ਜੀ, ਵੀਡੀਓ ਮੈਂ ਤਾਂ ਨਜ਼ਰ ਆ ਰਿਹਾ ਜੀ, ਇੰਨੀ ਦੇਰ ਮੈਂ ਪਤਾ ਨਹੀਂ ਉਹਨਾਂ ਕੇ ਪਾਸ ਆ ਤਿਆਰ 'ਤੇ ਜੀ, ਕਿਆ ਹੋਇਆ ਕਿਆ ਨਹੀਂ। ਇੰਨੇ 'ਚ ਇਹਨਾਂ ਨੂੰ ਵੀ ਕੁੜੀ ਨੂੰ ਕਹਿ ਕੇ ਗਿਆ ਘਰ ਵੀ ਪੁੱਤ ਮੈਂ ਆਇਆ ਘੁੰਮ ਕੇ, ਕੁਰਕਰੇ ਵਗੈਰਾ ਖਿਲਾ ਕੇ ਗਿਆ। ਬਸ ਇੰਨੇ ਮੈਂ ਤਾਂ ਘਰ ਵਾਪਸ ਨਹੀਂ ਆਇਆ ਜੀ, ਮੈਨੂੰ ਪਤਾ ਨਹੀਂ ਹੈਗਾ ਵੀ ਤੁਹਾਨੂੰ ਧਰਨਾ ਲਾਉਣ ਦੀ ਨੌਬਤ ਕਿਉਂ ਆਈ, ਕਿਉਂਕਿ ਤੁਸੀਂ ਏਅਰਪੋਰਟ ਰੋਡ ਜਾਮ ਕਰਤਾ, 4 ਦਿਨ ਦੇ ਧਰਨੇ 'ਤੇ ਵੀ ਬੈਠੇ ਰਹੇ ਹੋ, ਧਰਨਾ ਲਾਉਣ ਦੀ ਕੀ ਨੌਬਤ ਆ ਗਈ? ਧਰਨਾ ਲਾਉਣ ਦੀ ਤਾਂ ਨੌਬਤ ਇਹੀ ਆਈ ਹੈ ਜੀ, ਫਿਰ ਮੈਨੂੰ ਐਵੇਂ ਕਿੰਨੇ ਮੈਨੂੰ ਐਵੇਂ ਕਿਵੇਂ ਪਤਾ ਲੱਗਦਾ ਵੀ ਮੇਰੇ ਬੱਚੇ ਦੇ ਕਾਤਲ ਕੌਣ ਹੈਗੇ? ਮੈਂ ਵੀ ਉਹਨਾਂ ਨੂੰ ਵੀ ਤਾਂ ਸਜ਼ਾ ਦੇਣੀ ਸੀਗੀ ਜਿਹੜੇ ਮੇਰੇ ਬੱਚੇ ਦੇ ਕਾਤਲ ਹੈਗੇ, ਬਿਨ ਕਸੂਰ ਮਾਰਿਆ ਮੇਰਾ ਬੱਚਾ। ਹੁਣ ਕਾਤਲ ਪਕੜੇ ਗਏ ਹੈ, ਪੁਲਿਸ ਨੇ 2 ਜਣੇ ਫਿਲਹਾਲ ਫਰਾਰ ਦੱਸੇ ਜਾ ਰਹੇ, 5 ਦੇ ਕਰੀਬ ਜਿਹੜੇ ਪਕੜ ਲਏ ਗਏ ਗਏ, ਅਤੇ ਤੁਹਾਨੂੰ ਪੁਲਿਸ ਨੇ ਹੁਣ ਉਹਨਾਂ ਨੂੰ ਤੁਹਾਨੂੰ ਸੀ ਏ ਸਟਾਫ ਵੀ ਮੈਨੂੰ ਲੱਗਦਾ ਲਿਜਾਇਆ ਗਿਆ ਸੀ, ਪਹਿਚਾਣ ਹੋ ਗਏ ਸੀ ਵੀ ਉਹੀ ਨੇ? ਉਹੀ ਸੀਗੇ ਸਰ, ਪਰ ਇੱਕ ਦਾ ਨਹੀਂ ਪਤਾ ਚੱਲ ਰਿਹਾ, ਜਿਹੜਾ ਉਹਨਾਂ ਦਾ ਮਤਲਬ ਹੋਰ ਇੱਕ ਬੰਦਾ ਸੀਗਾ ਉਹ ਨਹੀਂ ਪਤਾ ਚੱਲਿਆ ਹੈਗਾ, 5 6 ਸੀਗੇ ਨਾ। ਪ੍ਰਸ਼ਾਸਨ ਅੱਗੇ ਤੁਸੀਂ ਮੰਗਾਂ ਵੀ ਰੱਖੀਆਂ ਸੀਗੀਆਂ, ਪੁਲਿਸ ਅਧਿਕਾਰੀਆਂ ਤੁਹਾਨੂੰ ਕਿੱਦਾਂ ਦਾ ਆਸ਼ਵਾਸਨ ਦਿੱਤਾ, ਜਿਹੜੀਆਂ ਤੁਸੀਂ ਮੰਗਾਂ ਰੱਖੀਆਂ ਸੀਗੀਆਂ ਉਹ ਮੰਨ ਲਈਆਂ ਗਈਆਂ? ਹਾਂਜੀ ਹਾਂਜੀ, ਮੰਨ ਲਈਆਂ ਗਈਆਂ ਜੀ, ਜਿਹੜੀਆਂ ਸੀ ਰੱਖੀ ਸੀਗੀਆਂ ਉਹਨਾਂ ਨੇ। ਕੀ ਕੁਛ ਡਿਮਾਂਡ ਰੱਖੀ ਸੀ ਤੁਸੀਂ? ਸਰ ਡਿਮਾਂਡ ਤਾਂ ਅਸੀਂ ਇਨਸਾਫ ਦੀ ਰੱਖੀ ਸੀ ਕਿ ਸਾਨੂੰ ਇਨਸਾਫ ਚਾਹੀਦਾ, ਆਰੋਪੀ
ਹਾਜ਼ਰ ਹੋਣੇ ਚਾਹੀਦੇ ਨੇ। ਠੀਕ ਹੈ ਜੀ। ਪ੍ਰਸ਼ਾਸਨ ਨੇ ਵੈਸੇ ਕਿਤੇ ਆਰੋਪੀ ਸਾਹਮਣੇ, ਜਦੋਂ ਆਰੋਪੀਆਂ ਨਾਲ ਅਸੀਂ CI ਸਟਾਫ ਦੇ ਵਿੱਚ ਗੱਲ ਕੀਤੀ ਕਿ ਸਾਡੇ ਬੱਚੇ ਦਾ ਇੱਕ ਵਾਰ ਕਸੂਰ ਦੱਸੋ ਕਿ ਕੀ ਕਸੂਰ ਸੀਗਾ, ਅਤੇ ਉਹ ਕਹਿੰਦੇ ਕੋਈ ਕਸੂਰ ਨਹੀਂ ਸੀਗਾ। ਠੀਕ ਹੈ ਕਿ ਮਾੜੀ ਸਾਈਕਲ ਪਿੱਛੇ ਗੱਲ ਹੋਈ ਆ, ਜੇਕਰ ਮਾੜੀ ਜਿਹੀ ਸਾਈਕਲ ਪਿੱਛੇ ਗੱਲ ਹੋਈ ਆ ਅਤੇ ਜਦੋਂ ਆਪਾਂ ਘਰ 'ਤੇ ਜਾਂਦੇ ਹਾਂ ਜੇ ਸਾਈਕਲ ਪਿੱਛੇ ਗੱਲ ਹੋ ਰਹੀ ਆ, ਇੱਕਦਮ ਉਹਨਾਂ ਕੋਲ ਹਥਿਆਰ ਕਿੱਥੋਂ ਆਏ? ਸਡਨਲੀ ਜੋ ਗੱਲ ਸਾਰੀ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਆ ਕਿ ਸਾਈਕਲ ਜਦੋਂ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਕਿ ਉਹ ਮੁੰਡੇ ਦੇ ਜਿਹੜਾ ਤੀਜਾ ਬੱਚਾ ਉਹ 'ਤੇ ਥੱਪੜ ਮਾਰਦਾ ਅਤੇ ਸਾਡੇ ਵਾਲਾ ਬੱਚਾ ਹਟਾਉਂਦਾ ਉਹਨੂੰ ਵੀ ਇੱਥੇ ਨਾ ਲੜੋ, ਵੀ ਕਾਹਤੋਂ ਲੜ ਰਹੇ, ਰੋਣ ਵਾਲਾ ਨਾ ਪਾਓ, ਇੱਥੇ ਮੌਤ ਹੋਈ ਵੀ ਆ, ਕਿ ਇੱਕਦਮ ਉਹ ਮੁੰਡਾ ਇੰਨੀ ਗੱਲ ਕਹਿਣ 'ਤੇ ਹਥਿਆਰ ਕਿ ਕਾਹਦੇ ਵਾਸਤੇ ਲੈ ਕੇ ਆਏ ਸੀਗੇ ਉਹ, ਕਿ ਉਹਨਾਂ ਦੀ ਪਹਿਲਾਂ ਕੋਈ ਗੱਲਬਾਤ ਸੀ? ਇਹੀ ਕਾਰਨ ਹੀ ਸਾਨੂੰ ਪਤਾ ਲੱਗ ਰਿਹਾ, ਸਾਨੂੰ ਇਸ ਮਤਲਬ ਇਹ ਕਾਰਨ ਅਸੀਂ ਪਤਾ ਕਰਨਾ ਚਾਹੁੰਦੇ ਹਾਂ ਕਿ ਉਹ ਹਥਿਆਰ ਸਾਡੇ ਬੱਚੇ ਵਾਸਤੇ ਹੀ ਲੈ ਕੇ ਆਏ ਸੀਗੇ ਇੰਨੇ ਟਾਈਮ ਦੇ ਵਿੱਚ, ਕਿ ਉਹ ਬੱਚਿਆਂ ਦੇ ਕੋਲ ਪਹਿਲਾਂ ਹੀ ਕਥੀ ਹੋਈ ਸੀ ਉਹਨਾਂ ਦੇ ਹਥਿਆਰ ਨਾਲ? ਜੇਕਰ ਸਾਡੇ ਬੱਚੇ ਨੂੰ ਲੜਾਈ ਕਰਨੀ ਹੁੰਦੀ ਤਾਂ ਸਾਡੇ ਬੱਚੇ ਦੇ ਹੱਥ ਦੇ ਵਿੱਚ ਹਥਿਆਰ ਹੁੰਦਾ। ਛੋਟੀ ਜਿਹੀ ਗੱਲ ਪਿੱਛੇ ਇੰਨੀ ਵੱਡੀ ਗੱਲ ਨਹੀਂ ਹੋ ਸਕਦੀ, ਇੰਨਾ ਵੱਡਾ ਕਾਤਲ ਨਹੀਂ ਹੋ ਸਕਦਾ ਕਿ ਪਾਰਕਿੰਗ ਨੂੰ ਲੈ ਕੇ ਗੱਲ ਹੋਈ ਆ, ਕਿ ਜੇਕਰ ਹਮਲਾ ਕਰਨਾ ਸੀ ਉਹ ਤੀਜੇ ਬੱਚੇ 'ਤੇ ਕਿਉਂ ਨਹੀਂ ਕੀਤਾ, ਕਿ ਸਾਡੇ ਵਾਲੇ ਬੱਚਿਆਂ 'ਤੇ ਹੀ ਕਿਉਂ ਕੀਤਾ ਜਿਹਦੇ ਨਾਲ ਥੱਪੜ ਮਾਰਿਆ ਸੀ? ਵੀਡੀਓ ਦੇ ਵਿੱਚ ਕਲੀਅਰ ਨਜ਼ਰ ਆ ਜਿਹਦੇ ਥੱਪੜ ਮਾਰਿਆ, ਫਿਰ ਜੇ ਉਹ ਹਮਲਾ ਹੀ ਕਰਨਾ ਸੀ ਉਹਦੇ 'ਤੇ ਤਾਂ ਉਹਦੇ 'ਤੇ ਹਥਿਆਰ ਕਿਉਂ ਨਹੀਂ ਚੱਕਿਆ ਗਿਆ? ਮੇਨ ਗੱਲ ਸਾਡੇ ਬੱਚੇ ਦਾ ਫੋਨ ਦੱਸੂਗਾ, ਖਰੋਚ ਵੀ ਨਹੀਂ ਆਈ ਹੈਗੀ, ਸਾਡੇ ਬੱਚੇ ਦਾ ਫੋਨ ਦੱਸੂਗਾ, ਜਦਕਿ ਉਹ ਹਜੇ ਤੱਕ ਸਾਡੇ ਬੱਚੇ ਦਾ ਫੋਨ ਨਹੀਂ ਮਿਲਿਆ, ਕਿ ਫੋਨ ਦੇ ਵਿੱਚ ਉਹਨੂੰ ਕਿਹਦਾ ਫੋਨ ਆਉਂਦਾ, ਕਿਹਦਾ ਨਹੀਂ, ਉਹ ਕੀ ਰੰਜਸ ਰਚ ਕੇ ਇੱਥੋਂ ਬੁਲਾਇਆ ਗਿਆ ਜਾਂ ਕੀ ਆ, ਮੇਨ ਗੱਲ ਤਾਂ ਫੋਨ ਦੱਸਦਾ। ਤੁਹਾਡਾ ਕਹਿਣਾ ਵੀ ਇਹ ਸਾਜ਼ਿਸ਼ ਮਿੱਥੀ ਹੋਈ ਸਾਜ਼ਿਸ਼ ਦੇ ਅਧੀਨ ਹੋਇਆ ਕਤਲ, ਕਿ ਇਹੋ ਜਿਹੀ ਕੋਈ ਸਾਈਕਲ? ਇੱਕਦਮ ਉਹ ਹਥਿਆਰ ਦਾ ਲੈ ਕੇ ਦੇਖੋ, ਜਿਵੇਂ ਵੀਡੀਓ ਦੇ ਵਿੱਚ ਜੋ ਕਲੀਅਰ ਆ ਰਿਹਾ ਕਿ ਇੱਕਦਮ ਉਹ ਹਥਿਆਰ ਲੈ ਕੇ ਆ ਨਹੀਂ ਸਕਦੇ, ਕਿ ਨਾਲ ਦੀ ਨਾਲ ਉਹ ਥੱਪੜ ਮਾਰਦਾ ਦੂਜੇ ਮੁੰਡੇ 'ਤੇ, ਉੱਥੇ ਖੜਿਆ ਸਾਡੇ ਵਾਲਿਆਂ ਕਹਿੰਦਾ ਕਿ ਲੜੋ ਨਾ, ਅਤੇ ਹਥਿਆਰ ਕੱਢ ਕੇ ਨਾਲ ਦੇ ਸਾਡੇ ਵਾਲੇ ਦੇ ਮਾਰਿਆ। ਇੱਕ ਦੋ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀਗਾ, ਕਮਾਊ ਪੁੱਤ ਜਿਹਨੂੰ ਕਹਿ ਸਕਦੇ ਹਾਂ ਆਪਾਂ, ਵੀ ਅੱਗੇ ਕਮਾਈ ਥੋੜ੍ਹਾ ਸਹਾਰਾ ਬਣਨਾ ਸੀਗਾ, ਅਤੇ ਹੁਣ ਸਾਰਾ ਤੁਹਾਡੇ ਤੋਂ ਛੀਨ ਗਿਆ, ਤੁਹਾਨੂੰ ਉਮੀਦ ਆ ਵੀ ਕੋਈ ਸਰਕਾਰ ਵੱਲੋਂ ਵੀ ਤੁਹਾਨੂੰ ਕੋਈ ਆਰਥਿਕ ਮਦਦ ਮਿਲੂਗੀ ਕੋਈ? ਹੁਣ ਤਾਂ ਦੇਖੋ ਜੀ, ਉਮੀਦ ਹੈ, ਠੀਕ ਹੈ ਜੀ, ਕਿਉਂਕਿ ਦੇਖੋ ਬੱਚਾ ਜੋ ਇਹਨਾਂ ਦਾ ਸਹਾਰਾ ਸੀ ਕਮਾਉਣ ਵਾਲਾ, ਇੱਕੋ ਇਕਲੌਤਾ ਪੁੱਤਰ ਸੀਗਾ, ਉਹ ਤਾਂ ਦੁਨੀਆ ਤੋਂ ਚਲਾ ਗਿਆ, ਉਹ ਤਾਂ ਹੁਣ ਵਾਪਸ ਆਊਗਾ ਨਹੀਂ। ਅਸੀਂ ਤਾਂ ਉਮੀਦ ਇਹ ਰੱਖੀ ਆ ਕਿ ਸਾਨੂੰ ਜੋ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਅਤੇ ਕਾਰਨ ਦਾ ਪਤਾ ਕੀਤਾ ਜਾਵੇ, ਅਤੇ ਇਹਨਾਂ ਦਾ ਬੜੇਪੇ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਇਹਨਾਂ ਦੀ ਦੋ ਬੱਚੀਆਂ ਨੇ, ਇੱਕ ਬੱਚੀ ਵਿਆਹਣ ਵਾਲੀ ਆ, ਉਹਦੀ ਇੰਗੇਜਮੈਂਟ ਕੀਤੀ ਹਜੇ, ਅਤੇ ਛੋਟੀ ਬੱਚੀ ਹਜੇ ਪੜ੍ਹਦੀ ਪਈ ਆ, ਇਹ ਕਿੱਥੋਂ ਪੜ੍ਹਾਉਣਗੇ ਅਤੇ ਕਿੱਥੋਂ ਕਮਾ ਕੇ ਲਿਆਉਣਗੇ? ਅਤੇ ਘਰ ਦੀ ਹਾਲਤ ਵੀ ਦੇਖੋ, ਕਿ ਬੰਦਾ ਕਮਾਊਗਾ ਜਾਂ ਆਪਣੀ ਬੱਚੀਆਂ ਦਾ ਪਾਲਣ ਪੋਸ਼ਣ ਕਰੂਗਾ ਜਾਂ ਉਹਨਾਂ ਦਾ ਵਿਆਹ ਕਰੂਗਾ? ਇੰਨੀ ਤਾਂ ਇਹ ਮਤਲਬ ਕਿ ਉਹਨਾਂ 'ਚ ਵੀ ਸ਼ਕਤੀ ਨਹੀਂ ਹੈਗੀ ਉਹ ਕਮਾ ਕੇ ਇੰਨਾ ਖਾ ਸਕੀ। ਤੁਸੀਂ ਉਹਦੇ 'ਚ ਸਰਕਾਰੀ ਨੌਕਰੀ ਦੀ ਮੰਗ ਰੱਖੀ ਸੀ ਵੀ ਸਾਡੇ ਬੱਚੇ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ। ਹਾਂਜੀ, ਵੀ ਮੇਰੀ ਬੇਟੀ ਨੂੰ ਜਾਂ ਫਿਰ ਮੈਨੂੰ ਦੇਖੋ ਜਾਂ ਫਿਰ ਮੇਰੇ ਆਦਮੀ ਨੂੰ ਦੇ ਦਿਓ। ਹਾਂਜੀ, ਜਾਂ ਮੇਰੀ ਬੇਟੀ ਨੂੰ ਨੌਕਰੀ ਦਿੱਤੀ ਜਾਵੇ ਜਾਂ ਫਿਰ ਮੇਰੇ ਆਦਮੀ ਨੂੰ ਦੇ ਦਿਓ ਜੀ। ਛੋਟੀ ਬੱਚੀ ਦਾ ਵੀ ਕੋਈ ਮੁੱਖ ਮੰਤਰੀ ਰਾਹਤ ਫੰਡ ਦੀ ਵੀ ਉਹਨਾਂ ਨੇ ਉੱਥੇ ਗੱਲ ਕੀਤੀ ਸੀ ਵੀ ਅਸੀਂ ਉੱਥੋਂ ਵੀ ਕੋਈ ਫੰਡ ਦਵਾਵਾਂਗੇ ਇੱਕ ਰੈੱਡ ਕਰੋਸ ਵੱਲੋਂ, ਉਹ ਤੁਹਾਨੂੰ ਕੋਈ ਇੱਦਾਂ ਦਾ ਕੋਈ ਚੈੱਕ ਵਗੈਰਾ ਉਹਨਾਂ ਦਾ ਕੋਈ ਹਜੇ ਕੁਛ ਹੈ? ਨਹੀਂ ਸਰ, ਦਿੱਤਾ ਨਹੀਂ ਜੀ ਹਜੇ ਤਾਂ ਕੁਛ ਨਹੀਂ। ਨਹੀਂ ਸਰ। ਇੱਕ ਇਹ ਵੀ ਸੁਣਨ ਆਇਆ ਸੀ ਵੀ ਜਿਹੜੀ ਇਹਦੀ ਦਮਨ ਦੀ ਭੈਣ ਹੈ ਵੱਡੀ, ਉਹ ਉਹਦੀ ਮੰਗਣੀ ਹੋਈ ਵੀ ਅਤੇ ਅਗਲੇ ਸਾਲ ਉਹਦਾ ਵਿਆਹ ਵੀ ਰੱਖਿਆ। ਹਾਂਜੀ, ਰੱਖਿਆ ਤਾਂ ਜੀ ਵੀ ਵਿਆਹ, ਅਗਰ ਕਹਿੰਦਾ ਸੀਗਾ ਮੁੰਡਾ ਵੀ ਹੁਣ ਮੰਮੀ ਕਦ ਕਰਨਾ ਵਿਆਹ ਮੰਦਾ, ਮੈਂ ਕਿਹਾ ਕਰੂੰਗੇ ਪੁੱਤ ਡੇਢ ਸਾਲ ਤੱਕ, ਸਾਲ ਤੱਕ ਵੀ ਹੱਥ 'ਚ ਪੈਸਾ ਨਹੀਂ, ਮੇਰਾ ਬੱਚਾ ਜਾਂਦਾ ਸੀਗਾ ਜੀ ਕਮਾਉਣ, ਕਮਾਉਂਦਾ ਸੀਗਾ, ਇਸ ਕਰਕੇ ਉਹਨੇ ਆਪਣੀ ਪੜ੍ਹਾਈ ਨਹੀਂ ਕਰੀ ਹੈਗੀ। ਅਤੇ ਫਿਰ ਉਹਨਾਂ ਦਾ ਵਿਆਹ ਕਰਨਾ ਔਖਾ, ਤੁਸੀਂ ਲੋਕਾਂ ਨੂੰ ਕੋਈ ਅਪੀਲ ਵੀ ਕਰਨਾ ਚਾਹੋਗੇ ਵੀ?
ਕਿਉਂਕਿ ਲੜਕੀ ਦਾ ਵਿਆਹ ਹੈਗਾ, ਉਹਦੇ ਲਈ ਬਹੁਤ ਕੁਛ ਚਾਹੀਦਾ ਵੀ ਹੁੰਦਾ, ਚਾਹੇ ਸਾਦੇ 'ਚ ਵੀ ਕਰਾਓ ਤਾਂ ਲੋਕਾਂ ਨੂੰ ਉਮੀਦ ਕਰਨਾ ਚਾਹੋਗੇ, ਕਿਉਂਕਿ ਤੁਹਾਡੇ ਮਦਦ ਲਈ ਹੱਥ ਉੱਥੇ ਵੱਧਦੇ ਗਏ ਸੀ ਹਮੇਸ਼ਾ, ਕਿੰਨੇ ਲੋਕ ਉੱਥੇ ਇਕੱਠੇ ਹੋਏ ਸੀਗੇ ਜੋ ਤੁਸੀਂ ਧਰਨਾ ਦਿੱਤਾ ਸੀ, ਹੁਣ ਲੋਕ ਤੁਹਾਡੀ ਹੋ ਸਕਦਾ ਵੀ ਅੱਜ ਮਦਦ ਵੀ ਕਰਨਾ ਚਾਹੁੰਦੇ ਹੋ, ਕੋਈ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ? ਸਰ ਗੱਲ ਇਕੱਲੇ ਗੁੜੀਆ ਦੇ ਵਿਆਹ ਦੀ ਨਹੀਂ ਹੈਗੀ, ਗੱਲ ਇਸ ਗੁੜੀਆ ਦੀ ਵੀ ਭਵਿੱਖ ਦੀ ਵੀ ਆ ਕਿ ਹਜੇ ਪੜ੍ਹਦੀ ਪਈ ਆ, ਗੱਲ ਇਹਨਾਂ ਦੇ ਬੁਢੇਪੇ ਦੀ ਵੀ ਆ ਕਿ ਇਹਨਾਂ ਦਾ ਬੁਢੇਪਾ ਕੌਣ ਕਢਾਊਗਾ, ਗੁੜੀਆ ਦਾ ਵਿਆਹ ਵੀ ਕਰਨਾ, ਇਹਨਾਂ ਦਾ ਭਵਿੱਖ ਵੀ ਦੇਖਣਾ ਅਤੇ ਇਹਨਾਂ ਦਾ ਬੁਢੇਪਾ ਵੀ ਦੇਖਣਾ, ਇਹਨਾਂ ਦੀ ਪੜ੍ਹਾਈ ਵੀ ਆ। ਤੁਸੀਂ ਸਰਕਾਰ ਨੂੰ ਵੀ ਕੋਈ ਅਪੀਲ ਕਰਨਾ ਚਾਹੁੰਦੇ, ਕਿਉਂਕਿ ਛੋਟੀਆਂ ਛੋਟੀਆਂ ਬੱਚੀਆਂ ਪੜ੍ਹਨਾ ਚਾਹੁੰਦੀਆਂ, ਕੋਈ ਇਹਨਾਂ ਦੀ ਪੜ੍ਹਾਈ ਲਈ ਵੀ ਉਹਨਾਂ ਨੇ ਕੋਈ ਤੁਹਾਨੂੰ ਪ੍ਰਸ਼ਾਸਨ ਨੇ ਕੋਈ ਉਮੀਦ ਦੱਸੀ ਕੁਛ? ਸਰ ਪੜ੍ਹਾਈ ਲਈ ਤਾਂ ਕੋਈ ਉਮੀਦ ਨਹੀਂ ਦੱਸੀ ਕਿ ਛੋਟੀ ਬੱਚੀ ਦੀ ਕੋਈ ਪੜ੍ਹਾਈ ਕਰਾਵਾਂ ਜਾਂ ਕੁਛ, ਐਸੀ ਕੋਈ ਗੱਲ ਨਹੀਂ ਕੀਤੀ। ਸਾਡੇ ਨਾਲ ਇੱਕ ਸਮਾਜ ਸੇਵੀ ਵੀ ਨੇ ਬਲਵਿੰਦਰ ਸਿੰਘ ਕੁੰਬੜਾ ਜੀ, ਇਹਨਾਂ ਤੋਂ ਵੀ ਜਾਣਦੇ ਵੀ, ਕਿਉਂਕਿ ਇਹਨਾਂ ਨੇ ਵੀ ਜੇ ਪਹਿਲੇ ਦਿਨ ਤੋਂ ਹੀ ਸੰਘਰਸ਼ ਕਰਦੇ ਆ ਰਹੇ ਨੇ ਨਾਲ, ਕਿਸ ਤਰ੍ਹਾਂ ਦੀ ਤੁਸੀਂ ਦੇਖਦੇ ਹੋ ਇਹਨਾਂ ਦੀ, ਕਿਉਂਕਿ ਉਹਨਾਂ ਨੇ ਰੈੱਡ ਕਰਾਸ ਵੱਲੋਂ ਵੀ ਕੁਛ ਸਹਾਇਤਾ ਬੋਲੀ, ਬਾਕੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚੋਂ ਵੀ ਉਹਨਾਂ ਨੇ ਕਿਹਾ ਵੀ ਕੁਛ ਨਾ ਕੁਛ ਅਸੀਂ ਮਦਦ, ਔਰ ਸਰਕਾਰੀ ਨੌਕਰੀ ਦੀ ਵੀ ਮੰਗ ਲੱਗਦਾ ਵੀ ਤੁਹਾਨੂੰ ਸਰਕਾਰ ਕੁਛ ਕਰੇਗੀ। ਬਹੁਤ ਹੀ ਸਤਿਕਾਰਯੋਗ, ਪਹਿਲਾਂ ਤਾਂ ਸਾਰੀ ਪ੍ਰੈਸ ਦਾ ਤਹਿ ਦਿਲੋਂ ਧੰਨਵਾਦ ਤੁਹਾਡੇ ਰਾਹੀਂ ਕਰਨਾ ਚਾਹੁੰਦੇ ਹਾਂ, ਤਾਂ ਕਿ ਪ੍ਰੈਸ ਨੇ ਜਿਹੜਾ 3 ਦਿਨ ਬਹੁਤ ਵੱਡਾ ਇੱਕ ਸਾਥ ਸਹਿਯੋਗ ਦੇ, ਅੱਗੇ ਵੀ ਸਾਡਾ ਸਾਥ ਦੇ ਰਹੀ ਹੈ। ਜਿਹੜਾ ਦਮਨਪ੍ਰੀਤ ਦੀ ਗੱਲ ਹੈ, ਇੱਕ ਦੋ ਕਤ ਇੱਕ ਮਰਡਰ ਹੋ ਗਿਆ, ਦੂਜਾ ਜਿਹੜਾ ਜ਼ਿੰਦਗੀ ਔਰ ਮੌਤ ਦੀ ਲੜਾਈ, ਜਿਹੜਾ ਕਿਸੇ ਮਾਂ ਦਾ ਬੱਚਾ ਭੁਗਤ ਰਿਹਾ ਹੈਗਾ ਗ੍ਰੇਸ਼ਨ ਹੋਸਪਿਟਲ 'ਚ, ਇਸੇ ਤਰ੍ਹਾਂ ਸੋਨੀਆ ਰਾਣੀ ਨੂੰ ਆਪਣੇ ਬੇਟੇ ਦੀ ਲਾਸ਼ ਰੱਖ ਕੇ 3 ਦਿਨ ਜਿਹੜਾ ਹੈ 78 ਦੀ ਲਾਈਟਾਂ 'ਤੇ ਕਿਵੇਂ ਬਰਲਾਪ ਕਰਨਾ ਪਿਆ, ਜਿਵੇਂ ਮਾਂ ਇੱਕ ਡੈੱਡ ਬੋਡੀ ਕੋਲ 10 ਮਿੰਟ ਨਹੀਂ ਕੱਢ ਸਕਦੀ, 3 ਦਿਨ ਉਹ ਕਿਹੜਾ ਜਿਗਰਾ ਲੈ ਕੇ ਮਾਂ ਬੈਠੀ ਰਹੀ, ਅਤੇ ਅਸੀਂ ਜਿਹੜੀਆਂ ਉਹ ਮੰਗਾਂ ਸੀ, ਡਿਮਾਂਡਾਂ ਸੀ, ਜੇ ਨਾ ਐਡਾ ਸੰਘਰਸ਼ ਕਰਦੇ, ਜਿਹੜੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ, ਨਿਹੰਗ ਜਥੇਬੰਦੀਆਂ ਨੇ ਬਹੁਤ ਸਹਿਯੋਗ ਦਿੱਤਾ, ਉਹਨਾਂ ਦਾ ਧੰਨਵਾਦ ਤੁਹਾਡੇ ਰਾਹੀਂ ਅਸੀਂ ਕਰਨਾ ਚਾਹੁੰਦੇ ਹਾਂ, ਅਤੇ ਹਰ ਇੱਕ ਬੰਦੇ ਨੇ ਆਪਣਾ ਸਹਿਯੋਗ ਦਿੱਤਾ, ਅਤੇ ਅਸੀਂ ਜਿਹੜੀਆਂ ਮੰਗਾਂ ਡਿਮਾਂਡਾਂ ਰੱਖੀਆਂ ਸੀ ਪੁਲਿਸ ਪ੍ਰਸ਼ਾਸਨ ਦੇ ਅੱਗੇ, ਸਿਵਲ ਪ੍ਰਸ਼ਾਸਨ ਦੇ ਅੱਗੇ, ਵੀ ਜੋ ਅਸੀਂ ਹੁਣ ਦੇਖੋ ਬੱਚਾ ਤਾਂ ਵਾਪਸ ਨਹੀਂ ਕਰਾ ਸਕਦੀ, ਪਬਲਿਕ ਨਹੀਂ ਕਰਾ ਸਕਦੀ, ਸਰਕਾਰਾਂ ਨਹੀਂ ਕਰਾ ਸਕਦੀਆਂ, ਪੈਸਾ ਨਹੀਂ ਕਰਾ ਸਕਦਾ, ਤਾਂ ਇਹ ਲੋਕਾਂ ਨੂੰ ਜਿਹੜਾ ਰਿਲੀਫ ਫੰਡ ਵਾਸਤੇ ਜਿਹੜੀ ਮਾਲੀ ਮਦਦ ਹੈ, ਮਾਲੀ ਸਹਾਇਤਾ ਵਾਸਤੇ ਤੁਸੀਂ ਘਰ ਦੀ ਹਾਲਤ ਦੇਖ ਰਹੇ ਹੋ ਵੀ ਘਰ ਦੀ ਹਾਲਤ ਕੀ ਹੈ, ਇਹੀ ਸੋਨੀਆ ਰਾਣੀ ਹੈ ਜਿਹਨੇ 4 ਵਾਰੀ ਇਹ ਕੱਚੇ ਮਕਾਨ ਦਾ 1.5 ਲੱਖ ਰੁਪਇਆ ਮਿਲਦਾ ਹੈ, 2 ਕਿਸ਼ਤਾਂ 'ਚ ਦੇਣਾ ਹੁੰਦਾ, ਕਿਸੇ ਸਾਡੇ MC ਨੇ, ਕਿਸੇ MLA ਨੇ, ਕਿਸੇ ਮੇਅਰ ਨੇ, ਮੈਂ ਖੁਦ ਜਾ ਕੇ ਕਾਗਜ਼ ਭਰਾਇਆ, ਇਹ ਮੇਅਰ ਕੋਲ ਵੀ ਜਾਏ, MLA ਕੋਲ ਵੀ ਜਾਏ, MC ਕੋਲ ਵੀ ਜਾਏ, 4 ਸਾਲ 'ਚ 3 ਸਾਲ 'ਚ ਕਿਸੇ ਨੂੰ ਕੱਚੇ ਮਕਾਨ ਦੇ ਪੈਸੇ ਨਹੀਂ ਦਵਾਏ ਹੈ। ਦੂਜੀ ਗੱਲ ਰਹੀ ਇਹ ਹੈ ਹੁਣ ਮਰਡਰ ਦੀ, ਮੁੰਡੇ ਦੀ ਜੋ ਕਤਲ ਹੋਇਆ, ਕਤਲ ਬਹੁਤ ਔਖੇ, ਜੇ ਸ਼ਾਇਦ ਐਡਾ ਸੰਘਰਸ਼ ਨਾ ਕਰਦੀ ਦੁਨੀਆ ਪਬਲਿਕ, ਇਹ ਸੜਕ 'ਤੇ ਨਾ ਬੈਠਦੀ, ਉਹ ਹਲੇ ਨਾ ਪਕੜੇ ਜਾਂਦੇ। ਪਹਿਲਾਂ ਵੀ ਮੇਰੇ ਕੋਲ ਅਨੇਕਾਂ ਧਾਰਨਾ ਨੇ, ਮੈਂ ਕਿਸ ਤਰ੍ਹਾਂ ਬੰਦੇ ਰਿਕਵਰ ਕਰਾਏ ਜਿਹੜਾ ਦੋਸ਼ੀ ਹੈ ਕ੍ਰਾਈਮ ਕਰਕੇ ਅੱਜ ਭੱਜ ਜਾਂਦਾ। ਗੱਲ ਕੁੰਬੜੇ ਦੀ ਹੋਏ, ਗੱਲ ਮਟੌਰ ਦੀ ਹੋਏ, ਗੱਲ ਬਲੌਂਗੀ ਦੀ ਹੋਏ, ਮੇਰੇ ਕੋਲ 50 ਕੁ ਥਾਣਿਆਂ ਦੀ ਜਿਹੜੀ ਹੈਗੀਆਂ ਉਦਾਹਰਨਾਂ ਤੁਹਾਡੇ ਸਾਹਮਣੇ, ਤੁਸੀਂ ਰੋਜ਼ ਮੇਰੀਆਂ ਖਬਰਾਂ ਜਿਹੜੀਆਂ ਹੈਗੀਆਂ ਚੈੱਕ ਕਰਦੇ ਹਾਂ ਵੀ ਹਾਂ ਕਿੱਥੇ ਕਿੱਥੇ ਜਿਹੜਾ ਧੱਕਾਸ਼ਾਹੀ ਹੋ ਰਹੀ ਹੈ। ਅਤੇ ਗੱਲ ਕਰੀਏ ਰਿਲੀਫ ਫੰਡ ਦੀ, ਜਿਵੇਂ SDM ਮੈਡਮ ਆਈ ਸੀ, ਸਾਡਾ ਵੀਰ ਹੋਰ ਵੀ ਸਾਰੇ ਕੁਐਸਚਨ ਕਰਨ ਵਾਲੇ ਸੀ, ਮੁੱਖ ਮੰਤਰੀ ਰਿਲੀਫ ਫੰਡ 'ਚੋਂ, ਮੁੱਖ ਮੰਤਰੀ ਰਿਲੀਫ ਫੰਡ 'ਚੋਂ 1 ਡੈੱਥ ਹੁੰਦੀ ਹੈ ਤਾਂ 25 ਲੱਖ ਰੁਪਇਆ ਉਹਨੂੰ ਰਿਲੀਫ ਫੰਡ ਵਾਸਤੇ ਮੁੱਖ ਮੰਤਰੀ ਰਿਲੀਫ ਫੰਡ 'ਚ ਦਿੱਤਾ ਜਾਂਦਾ, ਜਿਸ ਪ੍ਰੋਸੈਸ ਨੂੰ ਮੈਡਮ ਨੇ ਕਿਹਾ ਵੀ ਸਾਨੂੰ ਲਗਭਗ 1 ਮਹੀਨਾ ਲੱਗ ਜੂਗਾ, ਇਹਦੀ ਪ੍ਰੋਪਰ ਫਾਈਲ ਤਿਆਰ ਹੋਊਗੀ, ਇਹਦੀ ਪੋਸਟਮਾਰਟਮ ਰਿਪੋਰਟ ਕਾਪੀਆਂ ਸਾਰੀਆਂ ਲੱਗ ਕੇ ਉਹਨੂੰ ਲਗਭਗ 1-1.5 ਮਹੀਨਾ ਲੱਗ ਜਾਣਾ। ਇੱਕ ਕੁੰਬੜਾ ਸਾਹਿਬ, ਤੁਸੀਂ SC ਐਕਟ ਦੀ ਵੀ ਗੱਲ ਕੀਤੀ ਸੀਗੀ, ਅਤੇ ਉਹ ਕੀ SC ਐਕਟ ਲੱਗ ਕੇ ਹੁਣ ਅੱਗੇ ਜੇ ਕੋਈ, ਕਿਉਂਕਿ SC ਐਕਟ 'ਚ ਵੀ ਕੋਈ ਸਹਾਇਤਾ ਮਿਲ ਜਾਂਦੀ ਹੈ? ਅੱਛਾ, ਦੂਜੀ ਗੱਲ ਰਹੀ ਕੱਲ੍ਹ ਜਿਹੜਾ ਮੈਡਮ ਨੇ SDM ਨੇ ਕਿਹਾ ਵੀ ਸਾਡੇ ਕੋਲ ਰੈੱਡ ਕਰਾਸ ਦਾ ਵੀ ਪੈਸਾ
ਪੈਸਾ ਹੁੰਦਾ, ਵੈਲਫੇਅਰ ਦਾ ਪੈਸਾ ਹੁੰਦਾ, ਉਹਨਾਂ ਨੂੰ ਤੁਰੰਤ ਹਦਾਇਤਾਂ ਹੁੰਦੀਆਂ, ਸਰਕਾਰ ਦੇ ਸਕਦੀ, ਸਮੇਂ ਦੀ ਡੀ ਸੀ ਦੇ ਸਕਦੀ, ਚੈੱਕ ਦੇ ਸਕਦੀ ਹੈ, ਤਾਂ ਉਹਨਾਂ ਰੈੱਡ ਕਰਾਸ 'ਚ ਸ਼ਾਇਦ 2 ਲੱਖ ਰੁਪਈਆ ਤੁਹਾਡੀ ਸਾਰੀਆਂ ਰਿਕਾਰਡਿੰਗਾਂ ਜਾਊ, 2 ਲੱਖ ਰੁਪਈਆ ਉਹਨਾਂ ਰੈੱਡ ਕਰਾਸ ਵੱਲੋਂ ਜਾਂ ਕਿਸੇ ਫੰਡ 'ਚੋਂ ਦੇਣਗੇ ਉਹ। ਅਤੇ ਤੀਜੀ ਗੱਲ ਅਸੀਂ ਕਰੀ ਤੀ ਵੀ ਮੈਂ SC ਕਮਿਸ਼ਨਰ ਦਾ ਸਾਬਕਾ ਮੈਂਬਰ ਪ੍ਰਭਦਿਆਲ ਜੀ ਬੁਲਾਏ ਤੇ ਉਹਨਾਂ ਦੀ ਸਲਾਹ ਲੈ ਕੇ, ਪਹਿਲਾਂ ਵੀ ਇੱਕ ਕੰਡਾਲਾ ਮਰਡਰ ਹੋ ਗਿਆ ਸੀ, SC ਬੱਚੇ ਦਾ ਕਤਲ ਹੋ ਗਿਆ ਸੀ, ਜਨਰਲ ਕਾਸਟ ਦੇ ਕਾਸਟ ਕੀਤਾ ਕਤਲ ਕੀਤਾ ਸੀ, ਜਿਹਨੂੰ ਮੈਂ 2 ਕਿਸ਼ਤਾਂ 'ਚ ਜਿਹੜੇ ਉਹਨੂੰ ਪੈਸੇ ਵੀ ਕੰਪੈਨਸੇਸ਼ਨ 8 ਲੱਖ 8.5 ਲੱਖ ਰੁਪਈਆ ਦਵਾਇਆ। ਇਸੇ ਤਰ੍ਹਾਂ ਇਹ ਜਿਹੜੇ ਹੈ ਦਮਨਪ੍ਰੀਤ ਹੈ, ਇਹ BC ਚੰਦ ਹੈ, ਇਹ ਲੋਨਗਰ ਜਾਤੀ ਹੈ ਜੀ, BC ਚੰਦ ਹੈ। ਜਿਹੜਾ ਦੂਜਾ ਬੱਚਾ ਪਿਆ ਗ੍ਰੇਸ਼ਨ ਹੋਸਪਿਟਲ 'ਚ ਨਾਲ ਦਾ ਦੋਸਤ ਪਿਆ, ਉਹ ਬਾਲਮਿਕ ਬਰਾਦਰੀ ਨਾਲ ਸੰਬੰਧਿਤ ਹੈ, ਉਹ SC ਚੰਦ ਹੈ। ਜੇਕਰ ਅੱਛਾ ਕੰਬਾਈਂਡ ਦੋਸ਼ੀ 1 ਹੈ, FIR 1 ਹੈ, ਸਾਰਾ ਕੁਛ ਹੈ 1 ਹੈ, ਅਸੀਂ ਤਾਂ ਇਹ ਸਰਕਾਰ ਨੂੰ ਬੇਨਤੀ ਕਰਦੇ ਹਾਂ, ਕੱਲ੍ਹ ਪੁਲਿਸ ਨੂੰ ਕਿਹਾ, ਪ੍ਰਸ਼ਾਸਨ ਨੂੰ ਕਿਹਾ ਵੀ SC ST ਇੱਕ ਤਾਂ ਲੱਗਣਾ ਹੀ ਲੱਗਣਾ, SHO ਵੀ ਕਹਿ ਗਿਆ, DSP ਵੀ ਕਹਿ ਗਿਆ ਵੀ ਲਾਵਾਂਗੇ, ਪਰ ਮੈਂ ਕਹਿੰਦਾ ਦੋਨਾਂ ਮੁੰਡਿਆਂ ਨੂੰ ਕੰਪੈਨਸੇਸ਼ਨ ਜੋ ਮਿਲਦਾ 8.5 ਲੱਖ ਰੁਪਈਆ ਮਿਲਦਾ। ਜੇ ਮੁੰਡਾ ਮੈਰਿਡ ਹੁੰਦਾ ਤਾਂ ਅੱਧੇ ਉਹਦੀ ਘਰਵਾਲੀ ਨੂੰ ਮਿਲਣੇ ਸੀ, ਅੱਧੀ ਮਦਰ ਨੂੰ ਮਿਲਣੇ ਸੀ, ਹੁਣ ਇਕੱਲੇ ਮਦਰ ਦੇ ਹੱਕਦਾਰ ਹੈ ਪੈਸੇ ਦੀ, ਤਾਂ ਕਿ ਮੁੰਡੇ ਅਨਮੈਰਿਡ ਹੈ, ਬੰਦੇ ਵਿਆਹੇ ਵੀ ਨਹੀਂ ਹੈ। ਅਤੇ ਇਸੇ ਤਰ੍ਹਾਂ ਜਿਹੜਾ 8.5 ਲੱਖ ਰੁਪਈਆ 2 ਕਿਸ਼ਤਾਂ 'ਚ ਮਿਲਣਾ ਸੀ ਉਹ ਮਿਲ ਸਕਦਾ, SC ST ਕਿੱਟ ਦੀ ਸਾਰੀਆਂ ਜਿਹੜੀਆਂ ਪ੍ਰੋਵੀਜ਼ਨ ਹੈ ਉਹ ਥਰੂ SHO ਥਰੂ DSP ਥਰੂ SHP ਸਿਫਾਰਸ਼ ਕਰਦਾ, ਅਤੇ ਵੈਲਫੇਅਰ ਦਾ ਫੰਡ ਜਿਹੜਾ ਸਾਨੂੰ ਉੱਪਰ ਤੋਂ SC ਕਮਿਸ਼ਨ ਤੋਂ ਰਿਲੀਜ਼ ਮਿਲਦੀ ਹੈ ਇਹ। ਅਤੇ ਅਸੀਂ ਹੋਰ ਵੀ ਤੁਹਾਡੇ ਰਾਹੀਂ ਲੋਕਾਂ ਨੂੰ ਅਪੀਲ ਕਰਦੇ, ਪਬਲਿਕ ਨੂੰ ਅਪੀਲ ਕਰਦੇ, ਜਿਵੇਂ ਪਹਿਲਾਂ 3 ਦਿਨ ਸਾਥ ਦਿਆ ਪਰਿਵਾਰ ਦਾ, ਪਰਿਵਾਰ ਦੀ ਮਾਲੀ ਸਹਾਇਤਾ ਜੋ ਵੀ ਹੋ ਸਕਦੀ ਹੈ ਅਸੀਂ ਇਹਨਾਂ ਦਾ ਹੁਣ ਭੋਗਦਾ ਪ੍ਰੈਸ ਰਾਹੀਂ ਸਾਰਾ ਕੁਝ ਦੱਸਾਂਗੇ। ਪ੍ਰੈਸ ਨੂੰ ਇੱਕ ਤਾਂ ਸਾਰੇ ਬੰਦਿਆਂ ਨੂੰ ਤੁਹਾਡੇ ਰਾਹੀਂ ਕਹਿਣਾ ਚਾਹੁੰਦੇ ਹਾਂ, ਭੋਗ ਵਾਲੇ ਦਿਨ ਸਾਰੇ ਲੋਕ ਜਿਹੜੇ ਹੈਲਪ ਕਰ ਸਕਦੇ, ਮਦਦ ਕਰਨਾ ਚਾਹੁੰਦੇ ਹੈ, ਉਹ ਪਹੁੰਚ ਜਾਣ, ਤਾਂ ਕਿ ਇਹਨਾਂ ਦੀ ਮਦਰ ਫਾਦਰ ਦੀ ਆਪ ਖੁਦ ਆ ਕੇ ਮਦਦ ਕਰ ਸਕਦੇ ਨੇ, ਨਹੀਂ ਤਾਂ ਅਸੀਂ ਨੰਬਰ ਦੇ ਦਾਂਗਾ ਇਹਨਾਂ ਦੇ, ਜਿਹੜਾ Google Pay ਹੈ, Paytm ਜੋ ਵੀ ਕਰ ਸਕਦਾ ਕੋਈ, ਜਿੰਨਾ ਕੋਈ ਸਹਾਇਤਾ ਕਰ ਸਕਦਾ ਇਸ ਪਰਿਵਾਰ ਦੀ, ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ। ਅਸੀਂ ਪਿੰਡ ਵਾਸੀ ਇਕੱਠੇ ਹੋ ਕੇ ਜਿਹੜਾ ਇਹਦਾ ਭੋਗ ਦਾ ਸਾਰਾ ਕੰਮ ਕਰ ਰਿਹਾ ਉਹ ਅਸੀਂ ਇਸ ਪਿੰਡ ਵਾਸੀ ਆਪ ਕਰਨਗੇ, ਪਰਿਵਾਰ 'ਤੇ ਕੋਈ ਭੋਗ ਦਾ ਖਰਚਾ ਨਹੀਂ ਆਊਗਾ, ਜੋ ਭੋਗ 'ਤੇ ਖਰਚਾ ਹੋਊਗਾ ਅਸੀਂ ਪਿੰਡ ਵਾਸੀ ਇਕੱਠੇ ਹੋ ਕੇ 5-4 ਬੰਦੇ ਕਰ ਦੇਣਗੇ। ਇੱਕ ਚੀਜ਼ ਦੇਖਣ ਨੂੰ ਆਈ ਸੀ ਪਿੰਡ ਦੇ ਵਿੱਚ, ਜਿਹੜੀ ਕਿ ਇੱਥੇ ਪ੍ਰਵਾਸੀ ਬਹੁਤ ਜ਼ਿਆਦਾ ਹੋ ਗਏ ਨੇ, ਕਿ ਪਿੰਡ ਵਾਸੀ ਜਿਹੜੇ ਬਹੁਤ ਘੱਟ ਗਏ ਨੇ, ਇਹ ਦਹਿਸ਼ਤ ਦਾ ਮਾਹੌਲ ਵੀ ਬਣਿਆ ਰਹਿੰਦਾ, ਕਿ ਲੱਗਦਾ ਸੀ ਵੀ ਤੁਹਾਨੂੰ ਇੱਦਾਂ ਦਾ ਕੋਈ ਵੀ ਦਹਿਸ਼ਤ ਦਾ ਮਾਹੌਲ 24 ਘੰਟੇ, ਕਿਉਂਕਿ 24 ਘੰਟੇ ਇਹਨਾਂ ਦੇ ਘੁੰਮਣਾ ਹੁੰਦਾ ਸੀ। ਉਹ ਤਾਂ ਰਹਿੰਦਾ ਹੀ ਜੀ ਕੁੰਬੜੇ 'ਚ, ਪ੍ਰਵਾਸੀਆਂ ਵੱਲੋਂ ਦਹਿਸ਼ਤ ਦਾ ਮਾਹੌਲ ਹੀ ਹੈ ਜੀ, ਪਹਿਲਾਂ ਵੀ ਕਾਂਡ ਹੋ ਚੁੱਕੇ ਨੇ, ਕੋਈ ਇਨਸਾਫ਼ ਨਹੀਂ ਮਿਲਿਆ, ਤਾਂ ਹੀ ਸਾਨੂੰ ਧਰਨਾ ਲਾਉਣਾ ਪਿਆ ਜੀ, ਨਾ ਕੋਈ ਆਰੋਪੀ ਅਰੈਸਟ ਹੋਏ, ਪਹਿਲਾਂ ਕਾਂਡ ਕਰ ਚੁੱਕੇ ਸੀਗੇ। ਜਿਹੜੇ ਮੈਡਮ ਆਪਣੇ ਸ਼ਾਇਦ ਕੱਲ੍ਹ ਦੇ ਰਹੇ ਸੀਗੇ, ਵਿਚਾਰ ਕਰ ਰਹੇ ਸੀ ਆਪਣੇ, ਕਿ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਗੱਲ ਹੋਈ ਆ, ਇਹ ਪੁਲਿਸ ਤਾਂ ਵਾਰੀ ਵਾਰੀ ਕਹਿ ਰਹੀ ਹੈ ਵੀ ਇਸ ਨੂੰ ਇਸ਼ੂ ਨਾ ਬਣਾਇਆ ਜਾਵੇ ਵੀ ਪ੍ਰਵਾਸੀ ਔਰ ਪੰਜਾਬੀਆਂ ਨਾਲ ਲੈ ਕੇ, ਕਿਉਂਕਿ ਜ਼ਿਆਦਾਤਰ ਦੇਖਿਆ ਸੀ ਪਿੰਡ 'ਚ ਘੁੰਮੇ ਆ ਅਤੇ ਜ਼ਿਆਦਾਤਰ ਪ੍ਰਵਾਸੀ ਹੀ ਲੋਕਾਂ ਨੇ, ਇੱਥੇ PG ਵੀ ਬਹੁਤ ਹੋਏ ਵੀ ਨੇ, PG ਦੇ ਵਿੱਚ ਵੀ ਲੋਕਾਂ ਨੇ ਕਿਰਾਏ 'ਤੇ ਦਿੱਤੇ ਹੋਏ ਨੇ, ਤੁਹਾਨੂੰ ਕਿੱਦਾਂ ਦਾ ਮਾਹੌਲ ਲੱਗਦਾ? ਸਾਨੂੰ ਤਾਂ ਡਰ ਹੀ ਬਣਿਆ ਰਹਿੰਦਾ ਜੀ, ਜਿਵੇਂ ਆ ਇਹਨਾਂ ਕੋਲ ਕੋਈ ਪਰੂਫ ਨਹੀਂ ਹੁੰਦਾ, ਜੇਕਰ ਹੁੰਦੇ ਤਾਂ ਮਤਲਬ ਕਿ ਜਿਹੜੇ ਕਿਰਾਏਦਾਰ ਰੱਖਦੇ ਨੇ ਉਹਨਾਂ ਕੋਲ ਕੋਈ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ ਜਾਂ ਕੁਛ ਨਹੀਂ ਹੁੰਦੇ, ਉਹ ਜਿਹੜੇ ਪ੍ਰਵਾਸੀ ਨੇ ਕਤਲ ਕਰਕੇ ਆਪਣੇ ਸਟੇਟ ਲੰਘ ਜਾਂਦੇ ਨੇ, ਉਹਨਾਂ ਦੀ ਕੋਈ ਪਹਿਚਾਣ ਨਹੀਂ ਰਹਿੰਦੀ, ਇਸ ਕਰਕੇ ਸਾਨੂੰ ਡਰ ਹੀ ਲੱਗਿਆ। ਹੁਣ ਤੁਹਾਨੂੰ ਪ੍ਰਸ਼ਾਸਨ ਨੇ ਉਮੀਦ ਜਗਾਈ ਹੈ, ਲੱਗਦਾ ਵੀ ਤੁਹਾਡੇ ਜਿਹੜੇ ਅੱਖਾਂ ਦੇ ਜਿਹੜੇ ਹੰਝੂ ਉਹਨਾਂ ਨੇ ਕੁਛ ਪੂੰਝੇ ਆ? ਹਾਂਜੀ ਸਰ, ਲੱਗਦਾ ਗਾ ਵੀ ਪਹੁੰਚ ਜਾਊਂਗੇ ਕਦੇ ਨਾ, ਉਮੀਦ ਹੈ ਸਰਕਾਰ ਤੋਂ ਪੂਰੀ, ਉਮੀਦ ਹੈ ਤੁਸੀਂ ਉਹਨਾਂ ਨੇ ਪੇਸ਼ ਕਰਤੇ, ਲੱਗਦਾ ਹੈ ਉਮੀਦ ਹੈ ਇਨਸਾਫ ਮਿਲੂਗਾ। ਹਾਂਜੀ, ਠੀਕ ਹੈ ਜੀ। ਇੱਕ ਮੰਗ ਪੱਤਰ ਦਿੱਤਾ ਗਿਆ ਸੀਗਾ ਕੁੰਬੜਾ ਸਾਹਿਬ, ਉਹ ਕੀ ਸੀਗਾ?
ਅਸੀਂ ਜਿਹੜਾ ਮੰਗ ਪੱਤਰ ਦਿਆ DC ਮੋਹਾਲੀ ਰਾਹੀਂ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜਿਆ, ਉਹ ਪਿੰਡ ਦੀ ਲੋਕਾਂ ਦੀ ਪੂਰੇ ਪੰਜਾਬ ਦੀ ਡਿਮਾਂਡ ਸੀ, ਇਹ ਤਾਂ ਪਰਿਵਾਰਕ ਮੰਗਾਂ ਸੀ ਸਾਡੀਆਂ, ਜਿਹੜੀ ਲੋਕਾਂ ਦੀ ਪਬਲਿਕ ਦੀ ਆਵਾਜ਼ ਸੀ, ਪਬਲਿਕ ਦੀ ਮੰਗ ਸੀ, ਸਾਰੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੀ ਮੰਗ ਸੀ, ਉਹ ਇਹ ਸੀ ਵੀ ਜਿਹੜੇ ਬੰਦੇ ਬਿਹਾਰ ਤੋਂ ਜਾਂ ਕਿਸੇ ਦੂਜੇ ਪਾਸਿਓਂ ਆ ਕੇ ਇੱਥੇ ਜਿਹੜੀਆਂ ਵੋਟਾਂ ਬਣਦੀਆਂ, ਇੱਥੇ ਵੋਟਾਂ ਬਣਦੀਆਂ, ਉਹ ਵੋਟਾਂ ਕੱਟੀਆਂ ਜਾਣ, ਉਹਨਾਂ ਦੇ ਨੀਲੇ ਕਾਰਡ ਬਣਦੇ, ਨੀਲੇ ਕਾਰਡ ਕੱਟੇ ਜਾਣ, ਜੇ ਇੱਥੇ ਦੇ ਐਡਰੈਸ 'ਤੇ ਬਿਹਾਰ UP ਦੇ ਜਿਹੜੇ ਆਧਾਰ ਕਾਰਡ ਹੈ ਉਹ ਕੱਟੇ ਜਾਣ, ਤਾਂ ਕਿ ਜਿਹੜਾ ਬੰਦਾ ਫੜਨੇ ਹੁੰਦਾ ਕੱਲ੍ਹ ਨੂੰ ਕੋਈ ਕ੍ਰਾਈਮ ਕਰਕੇ ਲੰਘ ਜੂ, ਇਸੇ ਤਰ੍ਹਾਂ ਕੋਈ ਮਰਡਰ ਕਰਕੇ ਲੰਘ ਜੂ, ਐਡਰੈਸ ਕੁੰਬੜੇ ਦਾ ਹੁੰਦਾ, ਇੱਕ ਮਾਲਕ ਦਾ ਐਡਰੈਸ ਪਾ ਕੇ ਵੋਟ ਬਣੀ ਜਾਂਦੀ ਹੈ, ਇੱਕ ਮਾਲਕ ਦਾ ਐਡਰੈਸ ਪਾ ਕੇ ਕਿਰਾਏਦਾਰ ਨੇ ਆਧਾਰ ਕਾਰਡ ਬਣਾ ਲੈਂਦਾ, ਉਹ ਛੱਡ ਕੇ ਭੱਜ ਜਾਂਦਾ, ਨਾ ਕੋਈ ਫੜ ਹੁੰਦਾ ਨਾ ਵਾਸਤੇ। ਜੇ ਬੰਦੇ ਦੇ ਇੱਥੇ ਕੋਈ ਪ੍ਰੋਪਰਟੀ ਜਾਇਦਾਦ ਖਰੀਦੀ ਹੈ, ਜਿਹਨੇ ਘਰ ਖਰੀਦ ਲਿਆ ਉਹਦੀ ਵੋਟ, ਉਸਦੀ ਵੋਟ ਅਸੀਂ ਰੋਕ ਨਹੀਂ ਸਕਦੇ, ਪਰ ਲੇਕਿਨ ਕਿਰਾਏਦਾਰਾਂ ਦੀਆਂ ਜਿਹੜੀਆਂ ਵੋਟਾਂ, ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ, ਉਹਨਾਂ ਵੋਟਾਂ ਕੱਟੀਆਂ ਜਾਣ, ਨੀਲੇ ਕਾਰਡ ਕੱਟੇ ਜਾਣ, ਜੇ ਹੋਰ ਸੁੱਖ ਸਹੂਲਤਾਂ ਮਿਲਦੀਆਂ, ਜਿਵੇਂ ਨੇੜੇ ਵਾਲੀਆਂ ਸਟੇਟਾਂ 'ਚ, ਜਿਵੇਂ ਹਿਮਾਚਲ ਦੀ ਗੱਲ ਕਰ ਲਈਏ, ਅਸੀਂ ਪੰਜਾਬ ਤੋਂ ਜਾ ਕੇ ਕੋਈ ਪ੍ਰੋਪਰਟੀ ਖਰੀਦ ਨਹੀਂ ਸਕਦੇ, ਸਾਡੇ ਨਾਂ ਨਹੀਂ ਹੋ ਸਕਦੀ ਕੋਈ ਵੀ ਪ੍ਰੋਪਰਟੀ। ਇਸੇ ਤਰ੍ਹਾਂ ਹਰਿਆਣੇ 'ਚ ਜੇ ਗੱਲ ਕਰ ਲਈਏ, ਹਰਿਆਣੇ 'ਚ ਸਾਡੀ ਪੰਜਾਬ ਦੀ ਜਿਹੜੀ ਅਸੀਂ ਪੜ੍ਹ ਕੇ ਜਾਂਦੇ ਹਾਂ, ਹਰਿਆਣੇ ਦੇ ਬੋਰਡ ਤੋਂ ਪੜ੍ਹਾਈ ਚਾਹੀਦੀ, ਵਿੱਦਿਆ ਚਾਹੀਦੀ, ਜੇ ਹਰਿਆਣੇ ਦੇ ਬੋਰਡ ਤੋਂ ਪੜ੍ਹਾਈ ਕੀਤੀ ਹੋਵੇ ਤਾਂ ਉੱਥੇ ਨੌਕਰੀ ਮਿਲਦੀ ਹੈ, ਨਹੀਂ ਕਿਸੇ ਨੂੰ ਹੋਰ ਨੌਕਰੀ ਨਹੀਂ ਮਿਲਦੀ। ਇਸੇ ਤਰ੍ਹਾਂ ਅਸੀਂ ਪੰਜਾਬ ਦੀ ਮੰਗ ਰੱਖਦੇ ਹਾਂ, ਜਿਹੜੀ ਪੰਜਾਬ 'ਚ ਇੰਡਸਟਰੀ ਖੁੱਲਦੀ ਹੈ, ਯੂਨੀਵਰਸਿਟੀਆਂ ਖੁੱਲਦੀਆਂ ਨੇ, ਕੋਈ ਵੀ ਅਦਾਰਾ ਖੁੱਲ੍ਹਦਾ, ਉੱਥੇ ਪੰਜਾਬ ਦੇ ਲੋਕਾਂ ਦੀ ਪਹਿਲ ਹੋਵੇ। ਪਰ ਇੱਥੇ ਉਲਟਾ ਹੋਇਆ ਪਿਆ, 25% ਪੰਜਾਬ ਦੇ ਲੋਕ ਹੁੰਦੇ ਅਤੇ 75% ਦੂਜੀ ਸਟੇਟਾਂ ਤੋਂ ਆ ਕੇ ਬੰਦੇ ਲੱਗ ਜਾਂਦੇ, ਤਾਂ ਕਿ ਸਾਨੂੰ ਇਹ ਪਤਾ ਨਹੀਂ ਲੱਗਦਾ ਬੰਦਾ ਕੌਣ, ਕਿੱਥੋਂ, ਕਿਸ ਤਰ੍ਹਾਂ ਦਾ ਆਇਆ, ਕਿਸ ਤਰ੍ਹਾਂ ਦਾ ਨਹੀਂ। ਇਹ ਸਾਰੀ ਹਾਲਤ ਨੂੰ ਦੇਖ ਕੇ ਇਲਾਕੇ ਦੀ ਪਬਲਿਕ ਦੀ, ਸਾਡੇ ਕੁੰਬੜੇ ਤੋਂ ਇਹ ਮੁਹਿੰਮ ਚੱਲਣੀ ਚਾਹੀਦੀ, ਤਾਂ ਕਿ ਤਾਜ਼ਾ ਕੰਮ ਹੈ, ਤਾਜ਼ੇ ਕਤਲ ਹੋਏ, ਸਾਨੂੰ ਦੁੱਖ ਲੱਗਿਆ, ਪਿੰਡ ਕੁੰਬੜੇ ਤੋਂ ਮੁਹਿੰਮ ਚੱਲ ਕੇ ਪੂਰੇ ਪੰਜਾਬ 'ਚ ਚੱਲੇ ਮੁਹਿੰਮ, ਇਹ ਜਿਹੜੀਆਂ ਦੂਜੇ ਬੰਦਿਆਂ ਦੀਆਂ ਬਿਹਾਰੀਆਂ ਦੀਆਂ ਵੋਟਾਂ ਬਣੀਆਂ, ਨੀਲੇ ਕਾਰਡ ਬਣੇ, ਇਕੱਠੇ ਹੋਣੇ ਚਾਹੀਦੇ। ਕੁੰਬੜਾ ਸਾਹਿਬ ਜੀ, ਗੱਲ ਕਰੀਏ ਆਪਾਂ ਕੁੰਬੜਾ ਦੀ, ਸੋਹਾਣਾ, ਸ਼ਾਹੀ ਮਾਜਰਾ, ਬਲੌਂਗੀ, ਇੱਥੇ ਜ਼ਿਆਦਾਤਰ ਦੇਖਿਆ PG ਹੈ, ਕਿ ਲੋਕਾਂ ਨੇ 5-6-7 ਮੰਜ਼ਿਲ ਵੀ, ਕੋਈ ਇਹਦੀ ਵੈਰੀਫਿਕੇਸ਼ਨ ਨਹੀਂ ਕਰਦੇ, ਕਿਸੇ ਨਾ ਕਿਸੇ ਪਿੰਡ ਵਾਲੇ ਜਾਂ ਸ਼ਹਿਰ ਵਾਸੀ ਦਾ ਜ਼ਿੰਮੇਵਾਰ ਹੈ, ਜੋ ਕਿਉਂਕਿ ਇਹਨਾਂ ਨੂੰ ਕੋਈ ਪੁੱਛ ਗਿੱਛ ਕਰਕੇ ਨਹੀਂ ਦਿੰਦੇ ਇਹਨਾਂ ਨੂੰ। ਸਾਡੀ ਮਜਬੂਰੀ ਇਹ ਹੋ ਗਈ ਹੈ ਪਿੰਡਾਂ ਵਾਲੀ, ਮੇਰੀ ਆਪਣੀ ਖੁਦ ਮਜਬੂਰੀ ਹੈ, ਮੈਂ ਵੀ 5-7 ਕਮਰੇ ਦੁਕਾਨਾਂ ਕਿਰਾਏ 'ਤੇ ਦਿੱਤੀਆਂ ਹੋਈਆਂ ਨੇ। ਇਹਦੇ 'ਚ ਸਾਡੀ ਮਜਬੂਰੀ ਹੈ, ਸਾਡੇ ਕੋਲ ਪਹਿਲਾਂ ਜ਼ਮੀਨ ਜਾਇਦਾਦਾਂ ਹੁੰਦੀਆਂ ਸੀ, ਇਹ ਲੋਕ ਜਿਹੜੇ ਲੋਨਗਰ ਜਾਤੀ ਵਾਲੇ ਤੇ, ਇਹ ਲੋਕ ਜ਼ਮੀਨਾਂ ਠੇਕੇ 'ਤੇ ਕਿਰਾਏ 'ਤੇ ਲੈ ਕੇ, ਠੇਕੇ 'ਤੇ ਬਟਾਈ 'ਤੇ ਲੈ ਕੇ ਸਬਜ਼ੀਆਂ ਕਰਦੇ ਸੀ, ਆਪ ਖੁਦ ਸਬਜ਼ੀਆਂ ਵੇਚਣ ਜਾਂਦੇ ਸੀ, ਇਹਨਾਂ ਦਾ ਗੁਜ਼ਾਰਾ ਵਧੀਆ ਚੱਲਦਾ ਸੀ, ਸਾਡਾ ਗੁਜ਼ਾਰਾ ਖੇਤੀ ਕਰਕੇ ਚੱਲਦਾ ਸੀ। ਪਰ ਅਸੀਂ ਹੁਣ ਖੇਤੀ ਜ਼ਮੀਨ ਆਉਣੇ ਕਰਕੇ ਨੌਕਰੀਆਂ ਉੱਧਰ ਨਹੀਂ ਮਿਲਦੀਆਂ, ਬੱਚੇ ਪੜ੍ਹਾਈ ਕਰਕੇ ਗਲੀਆਂ 'ਚ ਫਿਰ ਰਹੇ ਹਾਂ, ਸਰਕਾਰਾਂ ਨਿਹੱਥੀਆਂ ਹੋਈਆਂ ਪਈਆਂ, ਸਰਕਾਰਾਂ ਆਪਣੀ ਡਿਊਟੀ ਨਹੀਂ ਸਮਝਦੀਆਂ। ਅਸੀਂ ਲੋਕਾਂ ਨੇ 5-5-7-7 ਕਮਰੇ, ਜਿੰਨੇ ਕੁ ਪ੍ਰੋਪਰਟੀ ਕਿਸੇ ਕੋਲ ਹੈਗੀ, ਉਹਨਾਂ ਨੇ 5-5-4-4 ਕਮਰੇ ਬਣਾ ਕੇ ਰੋਟੀ ਦਾ ਖਰਚਾ ਕਰ ਲਿਆ ਸੀ, ਵਸੀਲਾ ਕਰ ਲਿਆ ਸੀ। ਪਰ ਜਿੰਨਾ ਉਹਨਾਂ ਨੂੰ ਇਹ ਨਹੀਂ ਹੈ ਵੀ ਪਰਿਵਾਰ ਦੀ, ਉਹਦੀ ਮਾਲਕ ਦੀ ਜ਼ਿੰਮੇਵਾਰੀ ਬਣਦੀ ਹੈ, ਜੇ ਕਿਸੇ PG 'ਚ ਕ੍ਰਾਈਮ ਹੁੰਦਾ, ਜੇ ਕਿਸੇ ਦੇ ਮਕਾਨ 'ਚ ਕ੍ਰਾਈਮ ਹੁੰਦਾ, ਜਿੰਨੀ ਡਿਊਟੀ ਕ੍ਰਾਈਮ ਕਰਨ ਵਾਲੇ ਦੀ ਬਣਦੀ, ਨਹੀਂ ਉਹਦੀ ਮਾਲਕ ਦੀ ਬਣਦੀ ਹੈ, ਉਹ ਮਾਲਕ ਨੂੰ ਦੋਸ਼ ਬਣਦਾ, ਮਾਲਕ ਖੁਦ ਜਾ ਕੇ ਜੇ ਕੋਈ ਕ੍ਰਾਈਮ ਕਰਕੇ ਉਹਦਾ ਕਿਰਾਏਦਾਰ ਭੱਜਦਾ, ਰਿਕਵਰ ਕਰਾਉਣਾ ਮਾਲਕ ਦੀ ਡਿਊਟੀ ਹੈ, ਨਹੀਂ ਤਾਂ ਮਾਲਕ ਦੇ ਖਿਲਾਫ਼ ਉਨੀ ਓ ਕਾਰਵਾਈ ਹੋਏ ਜਿੰਨੀ ਦੂਜੇ ਦੀ ਕ੍ਰਾਈਮ ਕਰਨ ਵਾਲੇ 'ਤੇ ਹੁੰਦੀ ਹੈ। ਤਾਂ ਇਹ ਅੱਛਾ ਕੁਸ਼ਲ PG ਇੱਥੇ ਉਹ ਨੇ ਜਿਹੜੀਆਂ PG ਦੇ ਮਾਲਕ ਚੰਡੀਗੜ੍ਹ, ਮੋਹਾਲੀ ਜਾਂ ਕਿਸੇ ਹੋਰ ਸ਼ਹਿਰਾਂ 'ਚ ਰਹਿ ਰਹੇ, ਆਪ ਐਸ਼ ਬਰਾਸਤੀ ਕਰ ਰਹੇ, ਕਿਰਾਏਦਾਰ ਇੱਥੇ ਛੱਡੇ, ਉਹਨਾਂ ਦੇ ਇੱਕ ਕੇਅਰ ਟੇਕਰ ਛੱਡਦਾ ਜਿਹੜਾ ਕਿਰਾਇਆ ਇਕੱਠਾ ਕਰਦਾ, ਬਿਜਲੀ ਦਾ, ਪਾਣੀ ਦਾ ਬਿੱਲ ਭਰਾਉਂਦਾ, ਸਾਰਾ ਕੁਛ ਕਰਦਾ, ਕੇਅਰ ਟੇਕਰ ਕਰਕੇ ਉਹਨਾਂ ਨੇ ਬੜੀਆਂ ਬਿਲਡਿੰਗਾਂ ਬਣਾ ਲਈਆਂ, ਉਹਨਾਂ ਨੇ ਤਾਂ ਆਮਦਨ ਦਾ ਸਾਧਨ ਦੂਜਾ ਬਣਾਇਆ, ਪਰ ਪਿੰਡ ਵਾਲਿਆਂ ਨੇ 4-4-5-5-10-10 ਕਮਰੇ ਬਣਾ ਕੇ ਦੂਜੀ ਆਪਣਾ ਰੋਜ਼ੀ ਰੋਟੀ ਦਾ ਕੰਮ ਕਰਿਆ। ਪਰ ਜ਼ਿੰਮੇਵਾਰੀ ਤੋਂ ਆਪਣੀ ਤੋਂ ਨਾ ਪਿੰਡ ਵਾਸੀ ਭੱਜ ਸਕਦੇ, ਨਾ PG ਦਾ ਮਾਲਕ ਭੱਜ ਸਕਦਾ, ਨਾ ਸਰਕਾਰ। ਅੱਛਾ, ਪੁਲਿਸ ਨੇ ਕੀ ਕਰਿਆ,
ਪੁਲਿਸ ਨੇ ਜਿਹੜੀ ਵੈਰੀਫਿਕੇਸ਼ਨ ਲੈਣੀ ਹੁੰਦੀ, ਪੁਲਿਸ ਨੇ ਦੇਖਣੀ ਹੁੰਦੀ ਹੈ। ਪੁਲਿਸ ਹੁਣ ਜਿਹੜੀ ਪੀਜੀਆਂ ਗਈਆਂ, ਪੀਜੀਆਂ ਕੋਲ ਤਾਂ ਪੈਸਾ ਜਾਣਾ ਸ਼ੁਰੂ ਹੋ ਜਾਂਦਾ, ਪੁਲਿਸ ਵੱਧ ਪੈਸਾ ਦਿੰਦੇ, ਉਹ ਨਹੀਂ ਦੇਖਦੇ ਵੀ ਤੁਹਾਡੀ ਪੀਜੀ 'ਚ ਕਿਹੜਾ ਕੰਮ ਕਾਰ ਚੱਲ ਰਿਹਾ, ਕੀ ਹੋ ਰਿਹਾ, ਕੀ ਨਹੀਂ। ਪੁਲਿਸ ਦਾ ਕੰਮ ਹੈ ਉਹਨਾਂ ਨੂੰ ਪੀਜੀਆਂ ਨੂੰ ਚੈੱਕ ਕਰਨਾ, ਬੰਦੇ ਦਾ ਜਿਹੜਾ ਮਾਲਕ ਨੂੰ ਪਤਾ ਹੋਏ ਇਹਦਾ ਬੈਕਗਰਾਊਂਡ ਕੀ ਹੈ, ਇਹ ਨੌਕਰੀ ਕਿੱਥੇ ਕਰਦਾ, ਇਹ ਪੜ੍ਹਾਈ ਕਿੱਥੇ ਕਰਦਾ, ਇਹਦੇ ਮਾਪੇ ਕਿੱਥੇ ਰਹਿੰਦੇ ਨੇ। ਪਰ ਉਹ ਪੀਜੀ ਮਾਲਕ ਨਹੀਂ ਦੇਖਦਾ, ਨਾ ਹੀ ਪੁਲਿਸ ਦੇਖਦੀ ਹੈ। ਜਦੋਂ ਕੋਈ ਵਾਰਦਾਤ ਹੁੰਦੀ ਹੈ ਤਾਂ ਉਦੋਂ ਬਾਅਦ 2-4 ਦਿਨ ਫਾਰਮੈਲਿਟੀ ਕਰਕੇ ਬਾਹਰਲੀ ਸੜਕ 'ਤੇ ਗੇੜਾ ਮਾਰ ਕੇ ਫੋਟੋਆਂ ਲੱਗਦੀਆਂ। ਪਿੱਛੇ ਹਾਈਕੋਰਟ ਕੇਸ ਪਿਆ ਸੀ ਇਸੇ ਪੀਜੀ ਕਰਕੇ, ਇੱਕ ਕਤਲ ਪਹਿਲਾਂ ਜਿਹੜਾ ਹੈ ਪਾਰਕਿੰਗ ਨੂੰ ਲੈ ਕੇ ਬਲੌਂਗੀ ਹੋਇਆ, ਬਲੌਂਗੀ ਕੇ ਕਤਲ ਕੇਸ ਹੋਇਆ, ਉੱਥੇ ਕੇਸ ਪਿਆ ਹਾਈਕੋਰਟ। ਤਾਂ ਸਾਡੀ ਜਿਹੜੀ ਹੈ ਨਵਜੋਤ ਕੌਰ ਇੱਥੇ ਦੀ ਕਮਿਸ਼ਨਰ, ਸਾਡੀ ਇੱਕ ਐਫੀਡੈਫਿਟ ਦਾਇਰ ਕਰ ਰਹੀ ਹੈ ਵੀ ਕੇਵਲ ਤਾਂ ਕੇਵਲ ਸਾਰੀ ਮੋਹਾਲੀ 'ਚ 13 ਪੀਜੀਆਂ ਰਜਿਸਟਰਡ ਹੈਗੀਆਂ, ਬਾਕੀ ਗੈਰ ਕਾਨੂੰਨੀ ਨੇ। ਜਦੋਂ ਗੈਰ ਕਾਨੂੰਨੀ ਹੋ ਜਾਂਦੀਆਂ, ਉਹਨਾਂ ਦੇ ਖਿਲਾਫ਼ ਆਰਡਰ ਵੀ ਹੋ ਗਿਆ, ਉਹ ਟੈਂਦੀਆਂ ਨਹੀਂ, ਕਾਰਵਾਈ ਨਹੀਂ ਹੁੰਦੀ। ਇੱਥੇ ਦੇ ਜਿਹੜੇ ਬਿਲਡਿੰਗ ਇੰਸਪੈਕਟਰ ਹੈ ਉਹ ਮੋਟੇ ਪੈਸੇ ਖਾ ਰਹੇ ਨੇ, ਲੋਕਾਂ ਨੂੰ ਪੂਰੀ ਖੁੱਲ੍ਹ ਦੇ ਰਹੇ ਨੇ, ਤਾਂ ਕਿ ਕੋਈ ਚੈਕਿੰਗ ਜਿਹੜੇ ਨਾ ਨਗਰ ਨਿਗਮ ਕਰ ਰਿਹਾ, ਨਾ ਹੀ ਪੁੱਡਾ ਕਮਾਡਾ ਕਰ ਰਹੀ, ਨਾ ਹੀ ਸਰਕਾਰ ਕਰ ਰਹੀ, ਨਾ ਹੀ ਪੁਲਿਸ ਕਰ ਰਹੀ ਹੈ। ਰੋਜ਼ਾਨਾ ਸਪੋਕਸਮੈਨ ਵੱਲੋਂ ਵੀ ਅਸੀਂ ਬੇਨਤੀ ਕਰਾਂਗੇ ਕਿਉਂਕਿ ਘਰ ਦੇ ਹਾਲਾਤ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਵੀ ਪਰਿਵਾਰ ਇਹ ਕਿਸ ਤਰ੍ਹਾਂ ਰਹਿ ਰਿਹਾ, ਇਹਨਾਂ ਦੀ ਕੋਈ ਮਦਦ ਕੀਤੀ ਜਾਵੇ। ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ, ਅਗਰ ਕੋਈ ਗੂਗਲ ਪੇ ਵਗੈਰਾ ਨੰਬਰ ਦੇਣਾ ਚਾਹੁੰਦੇ ਹੋਣ ਜਾਂ ਕੋਈ ਸਹਾਇਤਾ ਕਰਨੀ ਚਾਹੁੰਦੇ ਹੋਣ, ਜੇ ਕੋਈ ਸਹਾਇਤਾ ਕਰਨੀ ਚਾਹੁੰਦੇ ਕਿਵੇਂ ਕਰ ਸਕਦਾ? ਤੁਹਾਡਾ ਗੂਗਲ ਪੇ ਨੰਬਰ ਹੈਗਾ ਕੋਈ? ਹਾਂਜੀ। ਕਿੰਨਾ ਨੰਬਰ ਕਿੰਨਾ ਬੋਲ ਦਿਓ ਤਾਂ ਕਿ 79 73 43 049 44। ਕਿੰਨਾ ਦੁਬਾਰਾ ਬੋਲ ਦਿਓ? 79 73 43 049 44। ਇਹ ਗੂਗਲ ਪੇ ਨੰਬਰ? ਹਾਂਜੀ ਬਿਲਕੁਲ। ਅਸੀਂ ਵੀ ਆਪਣੇ ਵੱਲੋਂ ਕਹਿੰਦੇ ਵੀ ਇਹ ਗੂਗਲ ਪੇ ਨੰਬਰ ਦੱਸ ਦਿੱਤਾ ਗਿਆ, ਜੇ ਕੋਈ ਆਰਥਿਕ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਇਸ ਗੂਗਲ ਪੇ 'ਤੇ ਨੰਬਰ ਕਰ ਸਕੇ, ਕਿਉਂਕਿ ਘਰ ਦੇ ਹਾਲਾਤ ਬਹੁਤ ਹੀ ਨਾਜ਼ੁਕ। ਤੁਸੀਂ ਦੇਖ ਲਓ ਬਾਲਿਆਂ ਦੀ ਛੱਤ ਨੇ, ਜਿਹੜੀ ਕਿਚਨ ਵੀ ਆ ਉਹ ਬਿਲਕੁਲ ਕਮਰੇ ਦੇ ਵਿੱਚ ਆ ਜਿੱਥੇ ਕਿ ਆਪ ਖੁਦ ਰਹਿੰਦੇ ਨੇ। ਛੋਟੇ ਛੋਟੇ ਬੱਚੇ ਆ ਜਿਹੜੀ ਕਿ ਹਜੇ ਪੜ੍ਹ ਕੇ 12 ਸਾਲ ਦੀ ਜਿਹੜੀ ਬੱਚੀ ਦੱਸੀ ਜਾ ਰਹੀ ਆ, ਔਰ ਇੱਕ ਲੜਕੀ ਹੈ ਜਿਹੜੀ ਕਿ ਮੰਗੀ ਗਈ ਆ, ਔਰ 1 ਸਾਲ ਬਾਅਦ ਉਹਦਾ ਵਿਆਹ ਵੀ ਹੈ। ਪਰਿਵਾਰ ਨੂੰ ਇਹ ਵੀ ਫਿਕਰ ਪਿਆ ਵੀ ਹੁਣ ਜਿਹੜਾ ਵਿਆਹ ਕਰਨਾ ਉਹਦੇ ਵਾਸਤੇ ਪੈਸਾ ਕਿੱਥੋਂ ਆਊਗਾ, ਕਿਉਂਕਿ ਜਿਹੜਾ ਦਮਨਪ੍ਰੀਤ ਹੈ ਉਸ ਦੇ ਉੱਪਰ ਹੀ ਉਮੀਦਾਂ ਸੀ ਵੀ ਉਹ ਕਿਵੇਂ ਨਾ ਕਿਵੇਂ ਦਿਨ ਰਾਤ ਮਿਹਨਤ ਕਰਕੇ ਪਰਿਵਾਰ ਦਾ ਗੁਜ਼ਾਰਾ ਵੀ ਕਰ ਰਿਹਾ ਸੀ, ਕਿ ਜਿਹੜਾ ਫਾਦਰ ਨੇ ਉਹ ਵੀ ਸਬਜ਼ੀ ਦੀ ਕਹਿੰਦੇ ਰੇਹੜੀ ਵਗੈਰਾ ਲਗਾਉਂਦੇ ਨੇ। ਉਮੀਦਾਂ ਬੇਟੇ ਤੋਂ ਸੀ ਵੀ ਬੇਟਾ ਚਲੋ ਦਿਨ ਰਾਤ ਮਿਹਨਤ ਕਰਕੇ ਕਮਾ ਕੇ ਬੇਟੀ ਦੀ ਸ਼ਾਦੀ ਕਰੇਗਾ, ਪਰ ਹੁਣ ਉਮੀਦਾਂ ਤੁਹਾਡੇ ਤੋਂ ਨੇ। ਤੁਸੀਂ ਗੂਗਲ ਪੇ ਨੰਬਰ ਦਿੱਤਾ, ਕਿੰਨੀ ਕੁ ਮਦਦ ਕਰ ਸਕਦੇ ਹੋ? ਇਹ ਤੁਹਾਡੇ ਦੇ ਸਰਕਾਰ ਵੱਲੋਂ ਵੀ ਕੁਛ ਮਦਦ ਜਾਰੀ ਹੋਈ ਹੈ, ਇੱਕ ਡਿਮਾਂਡ ਜਿਹੜੀ ਇਹਨਾਂ ਦੀ ਰਹਿ ਗਈ ਹੈ, ਬਾਕੀ ਸਰਕਾਰ ਵੱਲੋਂ ਜਿਹੜੀ ਮਦਦ ਮਿਲੀ ਗਈ ਹੈ ਉਸ ਨਾਲ ਕਿੰਨਾ ਕੁ ਗੁਜ਼ਾਰਾ ਹੋਊਗਾ ਤੁਸੀਂ ਆਪ ਦੇਖ ਸਕਦੇ ਹੋ, ਕਿਉਂਕਿ ਅੱਖਾਂ ਦੇ ਵਿੱਚ ਹੰਝੂ ਇਹਨਾਂ ਦੇ ਹਜੇ ਤੱਕ ਖਤਮ ਨਹੀਂ ਹੋਏ। ਇਹ ਤਾਂ ਕਹਿੰਦੇ ਵੀ ਅੱਖਾਂ ਦੇ ਵਿੱਚ ਹੰਝੂ ਨਹੀਂ, ਸਾਡੇ ਸਮੁੰਦਰ ਬਣ ਗਏ ਆ, ਸਮੁੰਦਰ ਕਦੇ ਸੁੱਕਦੇ ਨਹੀਂ ਗੇ, ਇਹ ਤਾਂ ਹੁਣ ਅੱਖਾਂ ਦੇ ਹੰਝੂ ਦਿਨ ਰਾਤ ਵਗਦੇ ਰਹਿਣੇ, ਕਿਉਂਕਿ ਬੇਟੇ ਦੀ ਜਿਹੜੀ ਯਾਦ ਹੈ, 16 ਸਾਲ ਦਾ ਜਿਹੜਾ ਬੱਚਾ ਸੀਗਾ ਜਿਹੜਾ ਇੱਥੇ ਫਾਨੀ ਦੁਨੀਆ ਨੂੰ ਛੱਡ ਕੇ ਚਲਾ ਗਿਆ, ਉਸ ਦਰਿੰਦਿਆਂ ਦੇ ਕਾਰਨ ਜਿਨ੍ਹਾਂ ਨੇ ਬੜੀ ਬੇਰਹਿਮੀ ਨਾਲ ਉਹਦਾ ਕਤਲ ਕੀਤਾ। ਮੋਹਾਲੀ ਤੋਂ ਸਪੋਕਸਮੈਨ ਲਈ ਕੈਮਰਾਮੈਨ ਜੱਸੀ ਦੇ ਨਾਲ ਭੁਪਿੰਦਰ ਬੱਬਰ।